ਦੇ ਅੰਦਰ ਮਹਾਮੰਤਰ ਉਚਾਰਨ ਕੀਤਾ ਹੈ। ਉਸ ਤੋਂ ਉਪਰੰਤ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਰ ਤੋਂ ਸਲਾਹ ਦੇ ਅੰਦਰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਜੀ ਦੀ ਪਰਮ ਸ਼ਕਤੀ ਦਾ ਵਖਿਆਨ ਕੀਤਾ ਹੈ ਜਿਹੜਾ ਜੁਗਾ ਜੁਗੰਤਰਾਂ ਤੋਂ ਸੱਚ ਚੱਲਿਆ ਹੈ। ਇਸ ਤੋਂ ਉਪਰੰਤ ਪਹਿਲੀ ਪੌੜੀ ਆਰੰਭ ਹੁੰਦੀ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਚਿਆਰ ਸਿੱਖ ਕਿਵੇਂ ਬਣੀਏ, ਕਿਵੇਂ ਅੰਦਰ ਦੀ ਕੂੜ ਦੀ ਕੰਧ ਢਹਿ ਜਾਵੇ। ਮਹਾਰਾਜ ਨੇ ਸਚਿਆਰ ਹੋਣ ਦੀ ਵਿਆਖਿਆ ਕੀਤੀ ਕਿ ਉਹ ਸਚਿਆਰਾ ਹੋਈ ਗਿਆ ਕਿ ਉਹ ਕੂੜਾ ਟੁੱਟਾ ਪਾਲ। ਉੱਥੇ ਮਹਾਰਾਜ ਹੁਕਮ ਦੀ ਗੱਲ ਕਰਕੇ ਆਏ, ਹੁਕਮ ਦੇ ਬਾਬਤ ਦੱਸਣਾ ਕੀਤਾ ਕਿ ਹੁਕਮ ਦੇ ਰਾਹੀਂ ਹੀ ਕੂੜ ਦੀ ਕੰਧ ਢਹਿ ਸਕਦੀ ਹੈ। ਅਗਲੀ ਪੌੜੀ ਦੇ ਵਿੱਚ ਫਿਰ ਮਹਾਰਾਜ ਹੁਕਮ ਦੀ ਵਿਆਖਿਆ ਕਰਨ ਲੱਗੇ। ਮਹਾਰਾਜ ਦੇ ਹੁਕਮ ਨੂੰ ਕਹਿਆ ਨਹੀਂ ਜਾ ਸਕਦਾ ਤੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਵਰਤ ਰਿਹਾ, ਤੁਹਾਨੂੰ ਮੈਂ ਇੰਨਾ ਦੱਸ ਦੇਣਾ। ਕੋਈ ਉੱਚਾ ਆ, ਕੋਈ ਨੀਵਾਂ ਆ, ਕਿਸੇ ਦੇ ਕੋਲ ਬਖਸ਼ਿਸ਼ ਦਾ ਭੰਡਾਰਾ ਆ, ਕੋਈ ਭਟਕਿਆ ਹੋਇਆ, ਸਾਰਾ ਕੁਝ ਹੁਕਮ ਵਿੱਚ ਹੀ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਸਾਰਾ ਕੁਝ ਹੁਕਮ ਵਿੱਚ ਹੀ ਹੈ, ਹੁਕਮ ਤੋਂ ਬਾਹਰ ਕੁਝ ਨਹੀਂ। ਅਗਲੀ ਪੌੜੀ ਵਿੱਚ, ਤੀਸਰੀ ਪੌੜੀ ਵਿੱਚ ਮਹਾਰਾਜ ਨੇ ਫਿਰ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਗਾਉਣ ਦੀ, ਜਿਹੜੇ ਉਹਨੂੰ ਗਾਉਂਦੇ ਨੇ, ਉਹਨਾਂ ਦੀ ਵਡਿਆਈ ਕੀਤੀ ਤੇ ਇਹ ਵੀ ਦੱਸਿਆ ਕੋਈ ਆਪਣੇ ਜ਼ੋਰ ਨਾਲ, ਆਪਣੇ ਬਲ ਨਾਲ ਵਾਹਿਗੁਰੂ ਦੀ ਸਿਫਤ ਨਹੀਂ ਗਾ ਸਕਦਾ। ਉਹਦੇ ਘਰ ਵਿੱਚ ਬੈਠਣਾ, ਉਹਦੀ ਸਿਫਤ ਤੋਂ ਸਲਾਹ ਨੂੰ ਗਾਉਣਾ ਜਿਹੜਾ ਹੈ, ਇਹ ਜਿਸ ਨੂੰ ਗੁਰੂ ਬਖਸ਼ਿਸ਼ ਦੇ ਦੇਵੇ, ਜਿਸ ਉੱਤੇ ਗੁਰੂ ਕਿਰਪਾ ਕਰ ਦੇਵੇ, ਜਿਹਨੂੰ ਦਾਨ ਦੇ ਦੇਵੇ, ਉਹ ਵੀ ਗਾ ਸਕਦਾ ਹੈ। ਤੇ ਇਹ ਵੀ ਕਿਹਾ ਵੀ ਗਾਉਣ ਵਾਲਿਆਂ ਨੂੰ ਮਹਾਰਾਜ ਬਹੁਤ ਕੁਛ ਦੇ ਦਿੰਦੇ ਹਨ, ਗਾਵੈ ਕੋ ਜੀ ਲੈ ਫਿਰ ਦੇ। ਤੇ ਗਾਉਣ ਵਾਲਿਆਂ ਨੂੰ ਪਰਮੇਸ਼ਰ ਵਾਹਿਗੁਰੂ ਨੇੜੇ ਨਜ਼ਰ ਆਉਣ ਲੱਗ ਪੈਂਦਾ, ਉਹਦੀ ਸਰਬਗਤਾ ਦਾ ਪਤਾ ਲੱਗ ਜਾਂਦਾ, ਉਹਦੀ ਵਿਆਪਕਤਾ ਦੀ ਸਮਝ ਲੱਗ ਜਾਂਦੀ ਹੈ। ਉਹ ਐਡਾ ਵੱਡਾ ਹੈ ਕਿ ਜੁਗਾ ਜੁਗੰਤਰਾਂ ਤੋਂ ਵੰਡੀ ਜਾ ਰਿਹਾ, ਵੰਡੀ ਜਾ ਰਿਹਾ ਹੈ, ਜੁਗਾ ਜੁਗੰਤਰ ਖਾ ਕੇ ਖਾ। ਤੇ ਫਿਰ ਸਤਿਗੁਰੂ ਮਹਾਰਾਜ ਨੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਗਾਉਣ ਵੇਲੇ ਕਿਹੋ ਜਿਹਾ ਸ਼ਬਦ ਗਾਵੇ, ਕਿਸ ਅਵਸਥਾ ਵਿੱਚ ਗਾਵੇ, ਤੇ ਮਹਾਰਾਜ ਕਹਿੰਦੇ ਭਾਖਿਆ ਭਾਵ ਅਪਾਰ। ਚੌਥੀ ਪੌੜੀ 'ਚ ਮਹਾਰਾਜ ਨੇ ਸਮਝਾਇਆ ਕਿ ਤੁਹਾਡੀ ਭਾਖਿਆ ਜਿਹੜੀ ਹੈ, ਬੋਲੀ ਜਿਹੜੀ ਹੈ, ਪ੍ਰੇਮ ਵਾਲੀ ਹੋਣੀ ਚਾਹੀਦੀ ਹੈ। ਤੇ ਇਹ ਬੋਲੀ ਜਿਹੜੀ ਪ੍ਰੇਮ ਵਾਲੀ ਹੈ, ਤੇ ਇਸ ਬੋਲੀ ਨੂੰ ਬੋਲਣ ਦਾ ਸਭ ਤੋਂ ਚੰਗਾ ਸਮਾਂ ਕਿਹੜਾ ਹੈ, ਉਹ ਗੁਰੂ ਸਾਹਿਬ ਨੇ ਸਮਝਾਇਆ, ਦੱਸਿਆ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਗੁਰੂ ਦੀ ਵਡਿਆਈ ਦੀ ਵਿਚਾਰ ਦੇ ਵਿੱਚ ਜੁੜ ਜਾ, ਜੇ ਇਸ ਦੇ ਦੁਆਰਾ ਤੈਨੂੰ ਇਹ ਜਨਮਾਂ ਮਰਨ ਦੇ ਚੱਕਰ ਦੇ ਵਿੱਚੋਂ ਨਿਕਲ, ਮਹਾਰਾਜ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਤੈਨੂੰ ਕੱਢ ਸਕਦੇ ਨੇ। ਉਸ ਪਰਿਪੂਰਨ ਪਰਮੇਸ਼ਰ ਦੀ ਸਿਫਤ ਤੋਂ ਸਲਾਹ ਵਿੱਚ ਮਹਾਰਾਜ ਨੇ ਪੰਜਵੀਂ ਪੌੜੀ ਵਿੱਚ ਕਿਹਾ ਕਿ ਉਹਨੂੰ ਕਿਸੇ ਨੇ ਥਾਪਿਆ ਨਹੀਂ, ਕਿਸੇ ਨੇ ਬਣਾਇਆ ਨਹੀਂ ਹੈ, ਉਹ ਕਿਸੇ ਚਿੱਤਰ ਦੇ ਵਿੱਚ ਵੀ ਨਹੀਂ ਆਉਂਦਾ। ਤੇ ਜਿਹੜਾ ਉਹਨੂੰ ਜਪਦਾ ਹੈ ਨਾ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਉਹਦੇ ਦੁੱਖਾਂ ਦਾ ਨਾਸ਼ ਹੋ ਜਾਵੇਗਾ ਤੇ ਉਸਦੇ ਪਾਸ ਸਦੀਵੀ ਸੁੱਖ ਆ ਜਾਣਗੇ। ਤੇ ਉਹ ਗੁਰੂ ਐਡਾ ਵੱਡਾ ਆ ਕਿ ਤਿੰਨੋਂ ਦੇਵਤੇ ਜਿਹੜੇ ਨੇ ਉਹਦੇ ਹੁਕਮ ਦੇ ਵਿੱਚ ਬਚੇ ਹੋਏ ਨੇ, ਗੁਰ ਈਸਰ, ਗੁਰ ਗੋਰਖ ਵਰਮਾ, ਗੁਰ ਪਾਰਵਤੀ ਮਾਈ, ਜਿੰਨੇ ਵੀ ਸੰਸਾਰ ਦੇ ਵਿੱਚ ਕਾਇਆ ਨਜ਼ਰੀ ਆਉਂਦੀ, ਸਾਰੇ ਉਹਦੇ ਹੀ ਥਾਪੇ ਹੋਏ, ਉਹਦੇ ਬਣਾਏ ਹੋਏ ਨੇ। ਫਿਰ ਛੇਵੀਂ ਪੌੜੀ ਵਿੱਚ ਗੁਰੂ ਸਾਹਿਬ ਸਮਝਾਇਆ, ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕਿ ਨਾਇ ਕਰੀ। ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਜਿਹਨੇ ਐਡੀ ਵੱਡੀ ਸ੍ਰਿਸ਼ਟੀ ਬਣਾਈ ਹੈ, ਉਹ ਆਪ ਸ੍ਰਿਸ਼ਟੀ ਨੂੰ ਬਣਾ ਕੇ ਉਹਦੇ ਵਿੱਚ ਬੈਠਾ ਹੈ, ਤੇ ਇਕੱਲਾ ਬਾਹਰੀ ਤੌਰ ਤੇ ਤੀਰਥਾਂ ਦੇ ਉੱਤੇ ਭ੍ਰਮਣ ਕਰਕੇ ਉਸ ਵਾਹਿਗੁਰੂ ਨਹੀਂ ਪਾਇਆ ਜਾ ਸਕਦਾ।
ਤੇ ਇਹ ਵੀ ਨਾਲ ਕਹਿ ਦਿੱਤਾ ਤੇ ਤੀਰਥਾਂ ਤੇ ਜਾਉਣਾ ਤੇ ਇਸ਼ਨਾਨ ਕਰਨਾ ਵੀ ਚੰਗਾ ਹੋ ਜਾਂਦਾ ਹੈ ਜੇ ਕਿਤੇ ਉਹ ਕਾਰਜ ਗੁਰੂ ਦੀ ਦੱਸੀ ਮਰਿਆਦਾ ਦੇ ਵਿੱਚ ਹੋ ਜਾਵੇ। ਜੇ ਤੀਰਥਾਂ ਦੇ ਉੱਤੇ ਗਏ, ਤੀਰਥ ਨਹਾਉਣ ਗਏ, ਮਨ ਦੇ ਵਿੱਚ ਚੋਰ ਲੈ ਕੇ ਗਏ ਤੇ ਉਹ ਫਿਰ ਤੀਰਥ ਜਿਹੜਾ ਹੈ ਗੁਰੂ ਦੇ ਘਰ ਤੇ ਪਰਿਵਾਰ ਨਹੀਂ ਚੜਦਾ। ਜੇ ਤੀਰਥਾਂ ਤੇ ਹੋਮ ਕਰਦੇ ਹੋਮੇ ਵਿੱਚ ਹੀ ਗਏ ਆ, ਚੁਗਲੀਆਂ ਕਰਦੇ ਚਲੇ ਗਏ ਤੇ ਉਹ ਫਿਰ ਗੁਰੂ ਕੋਲ ਪਰਿਵਾਰ ਨਹੀਂ ਚੜਦੇ। ਤੇ ਗੁਰੂ ਸਾਹਿਬ ਨੇ ਸਮਝਾਇਆ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ। ਇਹ ਦੋ ਪੰਕਤੀਆਂ ਦੋ ਪੌੜੀਆਂ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਨੇ ਵਾਰ ਵਾਰ ਇਹ ਗੱਲ ਸਮਝਾਈ ਸੀ ਕਿ ਗੁਰੂ ਨੇ ਇਹ ਮੈਨੂੰ ਗੱਲ ਦੱਸੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ, ਇੱਕੋ ਹੀ ਦਾਤਾ ਦਾਤਾਂ ਦੇਣ ਵਾਲਾ ਹੈ ਤੇ ਉਸ ਨੂੰ ਨਹੀਂ ਵਿਸਾਰਨਾ, ਆਪਾਂ ਉਹਨੂੰ ਨਹੀਂ ਭੁਲਾਉਣਾ ਕਦੇ ਵੀ, ਭਾਵੇਂ ਤੇਰੀ ਉਮਰ ਜਿੰਨੀ ਮਰਜ਼ੀ ਲੰਮੀ ਹੋ ਜਾਵੇ। ਤੇਰੇ ਕੋਲ ਕੁਝ ਬੰਦੇ ਜਿਹੇ ਹੋਣ ਜਿਹੜੇ ਤੇਰੇ ਨਾਲ ਚੱਲਣ, ਤੇ ਕੁਝ ਬੰਦਿਆਂ ਦੀ ਗੱਲ ਛੱਡੋ, ਮਾਲਕ ਨੇ ਸਾਰੀ ਸ੍ਰਿਸ਼ਟੀ ਤੇਰੇ ਪਿੱਛੇ ਚੱਲ ਪਵੇ। ਇੱਥੇ ਤੇ ਕਿਸੇ ਇੱਕ ਦੇ ਮਗਰ 10 ਬੰਦੇ ਹੋ ਜਾਣ ਤੇ ਉਹਦੀ ਬੱਲੇ ਬੱਲੇ ਹੋ ਜਾਂਦੀ ਹੈ, ਜਿਹਦੇ ਮਗਰ 100 ਬੰਦਿਆਂ ਦਾ ਕਾਫਲਾ ਹੋ ਜਾਵੇ ਉਹ ਬੰਦੇ ਨੂੰ ਬੰਦਾ ਨਹੀਂ ਜਾਣਦਾ। ਗੁਰੂ ਸਾਹਿਬ ਮਹਾਰਾਜ ਕਹਿੰਦੇ ਜੇ ਤੇਰੇ ਕੋਲ ਐਡੀ ਵੱਡੀ ਸ਼ਕਤੀ ਵੀ ਹੈ, ਤੇਰੀ ਉਮਰ ਬਹੁਤ ਲੰਮੇਰੀ ਹੈ, ਨਵਾਂ ਖੰਡਾਂ ਵਿੱਚ ਜਾਣੀ ਹੈ, 9 ਖੰਡਾਂ ਦੇ ਵਿੱਚ ਤੇਰੀ ਜੈ ਜੈਕਾਰ ਹੈ, ਨਾਲ ਚੱਲੈ ਸਭ ਕੋਈ, ਸਾਰੀ ਸ੍ਰਿਸ਼ਟੀ ਤੇਰੇ ਨਾਲ ਚੱਲ ਰਹੀ ਹੈ, ਤੇਰਾ ਨਾਮ ਚੱਲਦਾ ਹੈ, ਲੇਕਿਨ ਜੇ ਗੁਰੂ ਦੇ ਘਰ ਦੇ ਵਿੱਚ ਤੇਰੀ ਬਾਤ ਨਾ ਪੁੱਛੀ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ, ਤੇਰੇ ਦੋਸ਼ ਦਾ ਗੁਰੂ ਨੇ ਤੈਨੂੰ ਇਹ ਫਲ ਦੇਣਾ ਆ ਕਿ ਤੇਰੀ ਗਿਣਤੀ ਕੀੜਿਆਂ ਦੇ ਵਿੱਚ ਕਰ ਦੇਣੀ ਹੈ। ਤੇ ਜਿਹੜਾ ਗੁਰੂ ਦੀ ਸਿਫਤ ਕਰਦਾ ਹੈ, ਨਾਨਕ ਨਿਰਗੁਣ ਗੁਣ ਕਰੇ, ਉਹ ਦੋਸ਼ ਵਾਲਿਆਂ ਨੂੰ ਵੀ ਤੇ ਗੁਰੂ ਦੀ ਜਿੱਤੇ ਬਖਸ਼ਿਸ਼ ਹੋ ਜਾਵੇ, ਉਹਨਾਂ ਦੋਸ਼ੀਆਂ ਨੂੰ ਵੀ, ਉਹਨਾਂ ਨਿਰਗੁਣਿਆਂ ਨੂੰ ਵੀ ਗੁਰੂ ਗੁਣਾਂ ਦੇ ਨਾਲ ਭਰਪੂਰ ਕਰ ਦਿੰਦਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਤੇ ਹੁਣ ਅਗਲੀ ਜਿਹੜੀ ਪੌੜੀ ਆਪਾਂ ਸਰਵਣ ਕਰਨੀ ਹੈ, ਤੇ 8ਵੀਂ ਪੌੜੀ ਦੇ ਵਿੱਚ ਸਿੱਧਾਂ ਦਾ ਸਵਾਲ ਹੈ ਕਿ ਮਹਾਰਾਜ ਆਪ ਜੀ ਇਸ 5 ਭੂਤਕ ਸਰੀਰ ਦੇ ਰਾਹੀਂ ਇਸ ਸੁਮੇਰ ਪਰਬਤ ਦੇ ਉੱਤੇ ਚੜ ਕੇ ਆ ਗਏ। 3 ਤਰ੍ਹਾਂ ਦੇ ਕਰਮ ਮੰਨੇ ਗਏ ਨੇ, ਇੱਕ ਹੈ ਸ਼ਰਵਣ, ਦੂਸਰਾ ਹੈ ਮੰਨਣਾ ਤੇ ਤੀਸਰਾ ਹੈ ਨਿਧਿਆਸਨ। ਨਿਧਿਆਸਨ ਦਾ ਭਾਵ ਉਸ ਸੁਣੇ ਹੋਏ ਮੰਨੇ ਹੋਏ ਨੂੰ ਜ਼ਿੰਦਗੀ ਦੇ ਵਿੱਚ ਕਮਾਉਣਾ। ਤੇ ਕਿਰਪਾ ਕਰਕੇ ਮਹਾਰਾਜ ਆਪ ਸਾਨੂੰ ਸ਼ਰਵਣ ਦਾ, ਸੁਣਨ ਦਾ ਮਹਾਤਮ ਬਖਸ਼ਿਸ਼ ਕਰੋ, ਦੱਸੋ। ਤੇ ਗੁਰੂ ਸਾਹਿਬ ਮਹਾਰਾਜ ਫਿਰ ਆਖਦੇ ਹਨ, ਸੁਣਿਆ ਤੇ ਇਹ ਜਿਹੜਾ ਪਾਠ ਜਦੋਂ ਅਸੀਂ ਸ਼ਬਦ ਦਾ ਕਰਨਾ ਹੈ ਇਹਦੇ ਵਿੱਚ ਬੜਾ ਧਿਆਨ ਦੇਣਾ, ਕਿਉਂਕਿ ਆਪਾਂ ਬਹੁਤ ਵਾਰੀ ਗਲਤੀ ਕਰ ਜਾਂਦੇ ਹਾਂ। ਇਹਨੂੰ ਸੁਣਿਆ ਨਹੀਂ ਕਹਿਣਾ, ਸੁਣ ਐ, ਸੁਣ ਤੇ ਐ, ਤੇ ਇਹ ਅਲੱਗ ਅਲੱਗ ਵੀ ਨਹੀਂ ਪੜ੍ਹਨੇ, ਪੜ੍ਹਨਾ ਸੁਣਿਆ। ਸੁਣਿਆ ਸਿੱਧ ਪੀਰ ਸੁਰਨਾਥ। ਇਸ ਪੌੜੀ ਦੇ ਵਿੱਚ ਨਾਲ ਰਲਦੀਆਂ ਅਗਾਂਹ ਜਾ ਕਰਕੇ 3 ਪੌੜੀਆਂ ਹੁਣ ਆਉਣਗੀਆਂ, ਭਾਵ ਕਿ ਇਹ 8ਵੀਂ, 9ਵੀਂ, 10ਵੀਂ ਤੇ 11ਵੀਂ, ਇਹ 4 ਪੌੜੀਆਂ ਗੁਰੂ ਨਾਨਕ ਸਾਹਿਬ ਨੇ ਸੁਣਨ ਦੀ ਵਿਆਖਿਆ ਦੇ ਵਿੱਚ, ਸੁਣਨ ਦੇ ਮਹਾਤਮ ਦੇ ਵਿੱਚ ਉਚਾਰਨ ਕੀਤੀਆਂ, ਤੇ ਹਰ ਪੌੜੀ ਦੇ ਅਖੀਰ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਨੇ 2 ਪੰਕਤੀਆਂ ਵਰਤੀਆਂ ਨੇ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ। 2 ਗੱਲਾਂ ਮਹਾਰਾਜ ਵਾਰ ਵਾਰ ਸਾਨੂੰ ਸਮਝਾਈਆਂ ਇਹਨਾਂ 4 ਪੌੜੀਆਂ ਦੇ ਵਿੱਚ। ਗੁਰੂ ਸਾਹਿਬ ਜੀਆਂ ਨੇ ਇੱਕੋ ਗੱਲ ਨੂੰ ਰਿਪੀਟ ਕੀਤਾ। ਕੋਈ ਬੰਦਾ ਜਦੋਂ ਇੱਕ ਗੱਲ ਨੂੰ 4 ਵਾਰ ਰਿਪੀਟ ਕਰੇ ਤੇ ਉਹਦਾ ਅਰਥ ਇਹ ਹੈ ਕਿ ਇਹਦਾ ਬਹੁਤ ਵੱਡਾ ਮਹੱਤਵ ਹੋਏਗਾ, ਇਹ ਸਾਡੇ ਲਈ ਵਿਸ਼ੇਸ਼ਤਾ ਰੱਖਦੀ ਹੋਏਗੀ, ਸਾਡੇ ਲਈ ਅਤ ਮਹੱਤਵਪੂਰਨ ਹੋਏਗੀ।
ਇਸੇ ਲਈ ਗੁਰੂ ਸਾਹਿਬ ਮਹਾਰਾਜ ਨੇ ਵਾਰ ਵਾਰ ਇਸ ਚੀਜ਼ ਨੂੰ ਦੁਹਰਾਇਆ ਹੈ, ਸਾਨੂੰ ਰਿਪੀਟ ਕੀਤਾ, ਸਮਝਾਇਆ ਕਿ ਗੁਰੂ ਕਿਆ ਸਿੱਖਾ ਤੇਰੇ ਜ਼ਿੰਦਗੀ ਦੇ ਵਿੱਚ ਵਿਗਾਸ ਆ ਜਾਵੇਗਾ। ਇੱਕ ਮਹਾਰਾਜ ਨੇ ਇਹਦੇ ਵਿੱਚ ਭਗਤ ਦੀ ਗੱਲ ਕੀਤੀ, ਵਿਗਾਸ ਦੀ ਤੇ ਦੁੱਖ ਪਾਪ ਦਾ ਨਾਸ। ਸੁਣਨ ਦੇ ਰਾਹੀਂ ਤੇਰੇ ਅੰਦਰ ਦਾ ਵਿਗਾਸ, ਖੇੜਾ, ਆਨੰਦ ਕਿਵੇਂ ਪ੍ਰਗਟ ਹੋਣਾ ਹੈ, ਭਗਤ ਕਿਵੇਂ ਬਣਨਾ ਹੈ ਤੇ ਤੇਰੇ ਦੁੱਖ ਪਾਪ ਤੇ ਨਾਸ ਕਿਵੇਂ ਨਸ਼ਟ ਹੋਣੇ ਨੇ। ਲੇਕਿਨ ਪਹਿਲਾਂ ਆਪਾਂ ਥੋੜਾ ਜਿਹਾ ਇਹ ਪੌੜੀਆਂ ਜਿਹੜੀਆਂ ਚਾਰ ਨੇ ਇਹਨਾਂ ਨੂੰ ਸਮਝਣ ਤੋਂ ਪਹਿਲਾਂ ਸ਼੍ਰਵਣ ਦੀ ਗੱਲ ਸੁਣੀਏ। ਸੁਣਨਾ ਮਹਾਨ ਕਿਉਂ ਹੈ? ਬੋਲਣਾ ਬੜਾ ਸੌਖਾ ਆ, ਲੇਕਿਨ ਕਿਸੇ ਦੀ ਗੱਲ ਸੁਣਨੀ ਬੜੀ ਔਖੀ ਹੈ। ਤੇ ਉਹ ਵੀ ਉਦੋਂ ਵੀ ਜਦੋਂ ਕਿਸੇ ਦੀ ਗੱਲ ਨੂੰ ਸੁਣ ਕੇ ਅਸੀਂ ਹਿਰਦੇ ਦੇ ਵਿੱਚ ਵਿਚਾਰਨਾ ਹੋਵੇ, ਇਹ ਹੋਰ ਵੀ ਜ਼ਿਆਦਾ ਔਖੀ ਬਣ ਜਾਂਦੀ ਹੈ। ਹੁਣ ਆਪਾਂ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਸੁਣੀ ਸੀ ਨਾ, ਉਹਦੇ ਵਿੱਚ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਨੇ ਪੰਜ ਤਰ੍ਹਾਂ ਦੇ ਸਰੋਤਿਆਂ ਦਾ ਵਰਣਨ ਕੀਤਾ ਵੀ ਗੁਰੂ ਘਰ ਦੇ ਵਿੱਚ ਪੰਜ ਤਰ੍ਹਾਂ ਦੇ ਸਰੋਤੇ ਆਉਂਦੇ ਨੇ। ਇੱਕ ਸਰੋਤੇ ਉਹ ਹੁੰਦੇ ਨੇ ਜਿਹੜੇ ਰਾਗ ਰਾਗਨੀ ਸਿਉਂ ਚਿੱਤ ਲਾਏ, ਗੁਰੂ ਘਰ ਦੇ ਵਿੱਚ ਕੀਰਤਨ ਹੋਇਆ ਉਹਨਾਂ ਨੇ ਸਿਰਫ ਰਾਗ ਹੀ ਸੁਣਿਆ ਵੀ ਕਿਹੜਾ ਧੁਰੰਧਰ ਰਾਗੀ ਆਇਆ, ਉਹ ਰਾਗ ਕਿਵੇਂ ਪੜ ਰਿਹਾ, ਰਾਗ ਕਿਹੋ ਜਿਹਾ ਸੀ। ਤੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਰਾਗ ਦੀ ਮਹੱਤਤਾ ਹੈ, ਲੇਕਿਨ ਰਾਗ ਦੀ ਪ੍ਰਧਾਨਤਾ ਨਹੀਂ ਹੈ। ਸਮੁੱਚੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਗ ਵੱਧ ਉਚਾਰਨ ਕੀਤੀ ਹੈ, ਲੇਕਿਨ ਜਿਹੜੀ ਸ਼੍ਰੋਮਣੀ ਬਾਣੀ ਮਹਾਰਾਜ ਨੇ ਸਭ ਤੋਂ ਪਹਿਲਾਂ ਉਚਾਰਨ ਕੀਤੀ ਸ੍ਰੀ ਜਪਜੀ ਸਾਹਿਬ, ਉਹ ਰਾਗ ਰਹਿਤ ਹੈ। ਤੇ ਇਹ ਗੱਲ ਸਮਝਾਉਣੀ ਸੀ ਵੀ ਜਿਸ ਵੇਲੇ ਪਰਮੇਸ਼ਰ ਦੀ ਕਿਸੇ ਨੇ ਨਾਮ ਨੂੰ ਜਪਣਾ ਹੈ ਨਾ, ਉੱਥੇ ਰਾਗ ਦੀ ਲੋੜ ਨਹੀਂ ਪੈਂਦੀ। ਮਹਾਰਾਜ ਨੇ ਰਾਗ ਦਾ ਭਾਂਡਾ ਵਰਤਿਆ ਹੈ, ਲੇਕਿਨ ਰਾਗ ਦੇ ਭਾਂਡੇ ਵਿੱਚ ਸ਼ਬਦ ਦੀ ਵਸਤੂ ਨੂੰ ਪਾ ਕੇ ਦਿੱਤਾ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਮੱਤ ਦਿੱਤੀ ਕਿ ਰਾਗ ਭਾਂਡਾ ਹੋ ਸਕਦਾ ਹੈ ਪਰ ਵਸਤੂ ਉਹਦੇ ਵਿੱਚ ਸ਼ਬਦ ਹੀ ਹੈ। ਤੇਰਾ ਕੀਰਤਨ ਇਤਨਾ ਜ਼ਿਆਦਾ ਰਾਗ ਵੱਧ ਹੋ ਜਾਏ ਕਿ ਉਹਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਖਤਮ ਹੋ ਜਾਏ, ਕਿਸੇ ਨੂੰ ਸ਼ਬਦ ਹੀ ਨਾ ਸੁਣਾਈ ਦੇਵੇ। ਅਕਸਰ ਆਪਾਂ ਰਾਗੀਆਂ ਨੂੰ ਸੁਣਦੇ ਵੇਖਦੇ ਹਾਂ ਤੇ ਉਹ ਨਾਲ ਸਰਗਮਾ ਪੜ੍ਹਦੇ ਨੇ ਕਈ ਵਾਰ, ਲੇਕਿਨ ਹਰਿਮੰਦਰ ਸਾਹਿਬ ਜਦੋਂ ਕੀਰਤਨ ਹੁੰਦਾ ਹੈ ਤੇ ਉਸ ਕੀਰਤਨ ਦੇ ਵਿੱਚ ਸਰਗਮਾ ਪੜ੍ਹਨ ਦੀ ਮਨਾਹੀ ਹੈ ਕਿ ਨਾਲ ਕਈ ਵਾਰ ਸ਼ਬਦ ਦੀ ਜਗ੍ਹਾ ਰਾਗੀ ਸਿੰਘ ਜਿਹੜੀ ਸ਼ਬਦ ਦੇ ਸਰਗਮ ਗਾ ਰਹੇ ਹੁੰਦੇ ਨੇ ਉਹ ਸਰਗਮ ਨੂੰ ਪੜ੍ਹ ਜਾਂਦੇ ਕਈ ਵਾਰ, ਸਾਰੇ ਗਾ ਮਾ ਪਾ ਇਹਨੂੰ ਪੜ੍ਹ ਜਾਣਾ ਬੋਲ ਜਾਣਾ। ਲੇਕਿਨ ਦਰਬਾਰ ਸਾਹਿਬ ਦੇ ਵਿੱਚ ਇਹ ਸਰਗਮਾਂ ਦੀ ਮਨਾਹੀ ਹੈ ਕਿਉਂਕਿ ਸਰਗਮ ਇੱਕ ਰਾਹ ਹੈ, ਇੱਕ ਭਾਂਡਾ ਹੈ, ਆਪਾਂ ਨੇ ਵਸਤੂ ਸ਼ਬਦ ਦੀ ਪਰੋਸ ਕੇ ਦੇਣੀ ਹੈ। ਹੁਣ ਜਿਹੜੇ ਇਕੱਲੇ ਰਾਗ ਸੁਣਨ ਆਏ ਗੁਰੂ ਘਰ ਦੇ ਵਿੱਚ, ਉਹਨਾਂ ਨੂੰ ਬਾਅਦ ਵਿੱਚ ਭਾਵੇਂ 2-4 ਘੰਟੇ ਕੀਰਤਨ ਸੁਣ ਲੈਣ ਬੈਠ ਕੇ, ਜਦੋਂ ਉਹਨਾਂ ਨੂੰ ਪੁੱਛਾਂਗੇ ਬਾਅਦ ਵਿੱਚ ਕਿ ਭਾਈ ਸ਼ਬਦ ਕਿਹੜਾ ਪੜਿਆ ਸੀ, ਉਹ ਸ਼ਬਦ ਦਾ ਪਤਾ ਨਹੀਂ। ਦੂਸਰੀ ਤਰ੍ਹਾਂ ਦੇ ਸਰੋਤੇ ਆਉਂਦੇ ਜਿਹੜੇ ਸਿਰਫ ਤਾਲ ਸੁਣਨ ਆਉਂਦੇ ਨੇ, ਜਿਹਨਾਂ ਵੇਖਿਆ ਵੀ ਤਬਲਾ ਕਿਵੇਂ ਵੱਜ ਰਿਹਾ, ਮਰਦੰਗ ਕਿਵੇਂ ਵੱਜ ਰਿਹਾ, ਖੜਕ ਰਿਹਾ ਜਾਂ ਨਹੀਂ ਖੜਕ ਰਿਹਾ, ਇਹਨਾਂ ਦਾ ਆਪਸ ਵਿੱਚ ਮੇਲ ਜੋਲ ਹੈ, ਮਿਲਾਪ ਹੈ ਜਾਂ ਨਹੀਂ, ਉਹ ਇਕੱਲੇ ਤਾਲ ਵੱਲ ਹੀ ਧਿਆਨ ਦਿੰਦੇ ਨੇ। ਤੀਸਰੀ ਤਰ੍ਹਾਂ ਦੇ ਸਰੋਤੇ ਆਉਂਦੇ ਨੇ ਜਿਹੜੇ ਜੁਗਲਬੰਦੀ ਵੱਲ ਧਿਆਨ ਦਿੰਦੇ ਵੀ ਤਾਲ ਦੀ ਸੁਰ ਦੇ ਨਾਲ ਕਿਹੋ ਦੀ ਪਕੜ ਹੋ ਰਹੀ ਹੈ। ਤੇ ਕੁਝ ਜਿਹੜੇ ਨੇ ਕਲੀਆਂ ਸਰਗਮਾਂ ਹੀ ਸੁਣਨ ਆਉਂਦੇ ਨੇ ਵੀ ਪੇਟੀ ਕਿਵੇਂ ਵੱਜ ਰਹੀ ਹੈ, ਹਾਰਮੋਨੀਅਮ ਕਿਵੇਂ ਵੱਜ ਰਿਹਾ ਆ। ਜਿਹੜੇ ਸਭ ਤੋਂ ਉੱਤਮ ਸਰੋਤੇ ਹੁੰਦੇ ਹਨ ਉਹ ਸ਼ਬਦ ਦੀ ਵਿਚਾਰ ਨੂੰ ਸ਼੍ਰਵਣ ਕਰਦੇ ਨੇ, ਉਸ ਗੁਰਬਾਣੀ ਦੇ ਰਾਹੀਂ, ਰਾਗ ਦੇ ਰਾਹੀਂ, ਤਾਲ ਦੇ ਰਾਹੀਂ ਸ਼ਬਦ ਕਿਹੜਾ ਪੜਿਆ ਗਿਆ ਤੇ ਉਹ ਸ਼ਬਦ ਦੀ ਪੰਕਤੀ ਦਾ ਭਾਵ ਕੀ ਸੀ, ਗੁਰੂ ਸਾਹਿਬ ਨੇ ਸਮਝਾਇਆ ਕੀ ਸੀ ਤੇ ਇਹ ਸਾਡੇ ਲਈ ਕਿੱਡਾ ਜ਼ਰੂਰੀ ਹੈ। ਤੇ ਇਹ ਸਭ ਤੋਂ ਉੱਤਮ ਕਿਸਮ ਦੇ ਸਰੋਤੇ ਨੇ। ਗਾਉਣ ਵਾਲੇ ਦਾ ਸਟਾਈਲ ਕੀ ਸੀ, ਉਹਦਾ ਬੈਠਣ ਦਾ, ਵੇਖਣ ਦਾ, ਤੱਕਣ ਦਾ ਢੰਗ ਕੀ ਸੀ, ਆਪਾਂ ਨੇ ਇਹਦੇ ਵਿਚਾਰ ਨਹੀਂ ਕਰਨੀ, ਇਹਦੇ ਬਾਰੇ ਨਹੀਂ ਸੋਚਣਾ, ਇਹਨੂੰ ਹਿਰਦੇ ਵਿੱਚ ਨਹੀਂ ਵਸਾਉਣਾ।
ਜਿਹੜੀ ਚੀਜ਼ ਅਸੀਂ ਹਿਰਦੇ ਦੇ ਵਿੱਚ ਵਸਾਉਣੀ ਆ ਉਹ ਸ਼ਬਦ ਆ, ਤੇ ਸ਼ਬਦ ਨੂੰ ਆਪਾਂ ਨੇ ਧਿਆਨ ਲਾ ਕੇ ਸੁਣਨਾ ਆ, ਤੇ ਇਹ ਸੁਣਨ ਨੂੰ ਹੀ ਗੁਰੂ ਸਾਹਿਬ ਮਹਾਰਾਜ ਨੇ ਦੱਸਣਾ ਵੀ ਸੁਣ ਕੇ ਅਸੀਂ ਕੀ ਬਣ ਸਕਦੇ ਹਾਂ ਜੇ ਕਿਸੇ ਨੂੰ ਸੁਣਨ ਦਾ ਵੱਲ ਆ ਜਾਵੇ। ਸਾਹਿਬ ਨੇ ਗੁਰਬਾਣੀ ਵੀ ਲਿਖਿਆ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਪਹਿਲਾਂ ਸੁਣਨਾ ਹੈ ਤੇ ਬਾਅਦ ਵਿੱਚ ਕਹਿਣਾ ਹੈ। ਆਪਾਂ ਕਹਿੰਦੇ ਜ਼ਿਆਦਾ ਜਾਂ ਸੁਣਦੇ ਘੱਟ ਆ। ਉਦਾਨੇ ਸੱਜਣ ਕਹਿੰਦੇ ਕਿ ਮਹਾਰਾਜ ਨੇ ਸਾਡੇ ਕੰਨ ਦੋ ਲਾਏ, ਜੀਭ ਇੱਕ ਲਾਈ, ਕਿ ਦੋ ਗੱਲਾਂ ਰਾਹੀਂ ਦੋ ਗੱਲਾਂ ਸੁਣੀ ਤੇ ਜੀਭ ਰਾਹੀਂ ਇੱਕ ਗੱਲ ਕਹੀ। ਜਿੰਨਾ ਚਿਰ ਤੱਕ ਆਪਾਂ ਸੁਣਦੇ ਨਹੀਂ, ਇਹ ਵੀ ਅੰਦਾਜ਼ਾ ਲਾਓ ਜੇ ਕੋਈ ਬੱਚਾ ਨਾ ਜੰਮਿਆ, ਅਜੇ ਨਵ ਜੰਮਿਆ ਬੱਚਾ ਆ, ਉਹਦੇ ਕੰਨ ਨਹੀਂ ਪਰ ਜੀਭ ਚੱਲਦੀ ਆ ਉਹਦੀ। ਜੇ ਉਹਦੇ ਕੰਨਾਂ ਰਾਹੀਂ ਉਹਨੇ ਕੋਈ ਸ਼ਬਦ ਨਹੀਂ ਸੁਣਿਆ ਨਾ, ਤੇ ਉਹ ਬੱਚਾ ਜ਼ਿੰਦਗੀ ਦੇ ਵਿੱਚ ਕੋਈ ਗੱਲ ਬੋਲ ਨਹੀਂ ਸਕਦਾ, ਕਿਉਂਕਿ ਆਪਾਂ ਬਹੁਤ ਕੁਝ ਜ਼ਿੰਦਗੀ ਵਿੱਚ ਸੁਣ ਕੇ ਹੀ ਸਿੱਖਦੇ ਹਾਂ। ਜਿਵੇਂ ਦਾ ਬੱਚਾ ਆਪਣੇ ਮਾਂ ਪਿਓ ਕੋਲੋਂ ਭਾਸ਼ਾ ਸੁਣਦਾ ਆ, ਉਹਦੀ ਭਾਸ਼ਾ ਬੱਚਾ ਬੋਲਣ ਲੱਗ ਜਾਂਦਾ। ਆਪਾਂ ਗੁਰੂ ਸਾਹਿਬ ਦੇ ਕੋਲ ਬੈਠ ਕਰਕੇ ਜਿਉਂ ਜਿਹੀ ਹੁਣ ਭਾਸ਼ਾ ਸੁਣਾਂਗੇ ਤੇ ਉਹੋ ਜਿਹਾ ਅਸੀਂ ਬੋਲਣਾ ਸ਼ੁਰੂ ਕਰਾਂਗੇ। ਕਿ ਗੁਰੂ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਸੁਣਨ ਦੀ ਵਿਆਖਿਆ ਦੇ ਵਿੱਚ ਪਹਿਲੀ ਪੰਕਤੀ ਉਚਾਰਨ ਕੀਤੀ ਹੈ ਜੀ, ਸੁਣਿਆ ਸਿੱਧ ਪੀਰ ਸੁਰਨਾਥ। ਮਹਾਰਾਜ ਕਹਿੰਦੇ ਜੇ ਕੋਈ ਸਤਿਗੁਰ ਜੀ ਦੀ ਬਾਣੀ ਨੂੰ ਸੁਣੇ, ਸਭ ਤੋਂ ਪਹਿਲਾਂ ਸਿੱਧ, ਸਿੱਧ ਕਹਿੰਦੇ ਨੇ ਜਿਹਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਣ, ਨੌ ਨਿਧੀ 18 ਸਿੱਧੀ, 9 ਤਰ੍ਹਾਂ ਦੀਆਂ ਨਿਧੀਆਂ ਨੇ ਤੇ 18 ਤਰ੍ਹਾਂ ਦੀਆਂ ਸਿੱਧੀਆਂ ਨੇ। ਸਿੱਧੀਆਂ ਤੇ ਨਿਧੀਆਂ ਵਿੱਚ ਹੁੰਦਾ ਕੀ ਹੈ, ਕਾਗਜ਼ ਦੇ ਪੈਸੇ ਬਣਾ ਦੇਣੇ, ਬਿਨਾਂ ਤੇਲ ਤੋਂ ਗੱਡੀ ਚਲਾ ਲੈਣੀ, ਇਹ ਸਾਰੀਆਂ ਕੁਝ ਰਿੱਧੀਆਂ ਤੇ ਸਿੱਧੀਆਂ ਵਿੱਚ ਆਉਂਦਾ। ਗੁਰੂ ਸਾਹਿਬ ਮਹਾਰਾਜ ਨੇ ਕਿਹਾ ਹੈ ਕਿ 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਦੇ ਕੋਲ ਇਹ ਰਿੱਧੀਆਂ ਤੇ ਸਿੱਧੀਆਂ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਨੇ। ਇਹ ਵੀ ਇੱਕ ਨਿਧੀ ਹੈ ਕਿ ਤੁਹਾਡੇ ਕੋਲ ਕੋਈ ਬੰਦਾ ਆਵੇ ਤੇ ਤੁਸੀਂ ਉਹਦੇ ਮਨ ਦੀ ਗੱਲ ਸੁਣ ਲਓ, ਉਹਦੇ ਮਨ ਦੀ ਗੱਲ ਪੜ੍ਹ ਲਵੋ, ਜਿਹੜੀ ਚੀਜ਼ ਨਹੀਂ ਦਿਸਦੀ ਤੇ ਉਹ ਤੁਸੀਂ ਵੇਖ ਸਕਦੇ ਹੋ। ਜੇ ਕੋਈ ਇਸੇ ਢੰਗ ਦੇ ਨਾਲ ਕੋਈ ਸ਼ਬਦ ਦਾ ਅਭਿਆਸ ਕਰੇ, ਕੋਈ ਸ਼ਬਦ ਦਾ ਕਿਸੇ ਗੁਰਪੀਰ ਦੀ ਚਾਕਰੀ ਕਰੇ ਤੇ ਉਹਦੇ ਕੋਲ ਸੁੱਤੇ ਸਿੱਧੀ ਇਹੋ ਜਿਹੀ ਜਿਹੜੀ ਹੈ ਕੋਈ ਰਿੱਧੀ ਸਿੱਧੀ ਆ ਜਾਂਦੀ ਹੈ ਤੇ ਉਹ ਦੁਨੀਆਂ ਦੇ ਵਿੱਚ ਬਾਬਾ ਬਣ ਕੇ ਬਹਿ ਜਾਂਦਾ ਆ। ਬੀਬੀਆਂ ਜਾ ਕੇ ਨੱਕ ਰਗੜਨ ਲੱਗਦੀਆਂ ਨੇ, ਕਈ ਵੀ ਸਾਡੇ ਘਰ ਦੇ ਵਿੱਚ ਆਹ ਚੀਜ਼ ਲੱਭਦੀ ਨਹੀਂ ਹੈ, ਉਹਦੇ ਕੋਲ ਇੱਕ ਸਿੱਧੀ ਹੈ ਤੇ ਉਹਦੇ ਰਾਹੀਂ ਉਹਨੇ ਵੇਖ ਲੈਣਾ ਤੁਹਾਡੇ ਘਰ ਦੇ ਝਾਤੀ ਮਾਰ ਕੇ ਕਿ ਤੁਹਾਡੇ ਕੋਲ ਆਹ ਜਿਹੜੀ ਚੀਜ਼ ਹੈ ਫਲਾਣੇ ਕਮਰੇ ਵਿੱਚ ਪਈ ਹੈ, ਜਾ ਕੇ ਵੇਖ ਲਓ। ਅਸੀਂ ਕਹਿਣਾ ਬਾਬਾ ਜੀ ਬੜੇ ਕਮਾਲ ਨੇ। ਤੇ ਇਹ ਤਾਂ ਇੱਕ ਛੋਟੀ ਜਿਹਾ ਉਹਦਾ ਝਲਕਾਰਾ ਹੈ ਉਹਦੀ ਕਰਾਮਾਤ ਦਾ। ਤੇ ਮਹਾਰਾਜ ਕਹਿੰਦੇ ਤੁਸੀਂ ਗੁਰੂ ਦੇ ਘਰ ਵਿੱਚ ਬਹਿ ਕੇ ਉਹਦੀ ਬਾਣੀ ਸੁਣੋ ਤੇ ਤੁਸੀਂ ਵੀ ਸਿੱਧ ਬਣ ਜਾਓਗੇ। ਇਕੱਲਾ ਸਿੱਧ ਹੀ ਨਹੀਂ, ਅੱਗੇ ਗੁਰੂ ਸਾਹਿਬ ਮਹਾਰਾਜ ਨੇ ਸੁਣਿਆ ਸਿੱਧ ਪੀਰ, ਜਿਹੜੇ ਪੀਰ ਪਰਮੇਸ਼ਰ ਵਾਹਿਗੁਰੂ ਜੀ ਨੂੰ ਭਾ ਜਾਂਦੇ ਨੇ, ਉਹਦੀ ਬਾਣੀ ਨੂੰ ਪੜ੍ਹਨ ਵਾਲੇ ਹੁੰਦੇ ਨੇ, ਜਿਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਕਾਰਜ ਹੈ ਉਹ ਸਿੱਧ ਕਰ ਲਿਆ, ਉਸ ਕਾਰਜ ਦੇ ਵਿੱਚ ਪਰਿਪੂਰਨ ਹੋ ਗਏ ਨੇ। ਇਹ ਗੁਰੂ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਪੀਰ ਬਣ ਜਾਓਗੇ। ਤੇ ਪੀਰ ਦਾ ਦੂਜਾ ਅਰਥ ਹੁੰਦਾ ਹੈ ਕਿ ਜਿਹਦੀ ਜੰਮਣ ਅਤੇ ਮਰਨ ਦੀ ਪੀੜ ਖਤਮ ਹੋ ਜਾਵੇ। ਜੇ ਨਾਮ ਨੂੰ ਆਪਾਂ ਸੁਣਾਂਗੇ, ਗੁਰਬਾਣੀ ਨੂੰ ਸੁਣਾਂਗੇ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ, ਜੰਮਣ ਮਰਨ ਦੀ ਪੀੜ ਖਤਮ ਹੋ ਜਾਏਗੀ। ਤੇ ਗੁਰੂ ਸਾਹਿਬ ਕਹਿੰਦੇ ਸੁਰ, ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਦੈਵੀ ਗੁਣਾਂ ਦੇ ਨਾਲ ਜਿਹੜੇ ਸੰਪੰਨ ਹੋਣ, ਤੇ ਤੁਸੀਂ ਦੈਵੀ ਗੁਣਾਂ ਦੇ ਸੰਪੰਨ ਹੋ ਜਾਵੋਗੇ, ਦੇਵੀ ਦੇਵਤਿਆਂ ਦੇ ਵਿੱਚ ਤੁਹਾਡੀ ਗਿਣਤੀ ਸ਼ੁਮਾਰ ਹੋ ਜਾਵੇਗੀ। ਜਿਨ ਮਾਨਸ ਤੇ ਦੇਵਤੇ ਕੀ, ਤੇ ਮਨੁੱਖ ਤੋਂ ਸਿਰਫ ਗੁਰਬਾਣੀ ਸੁਣਨ ਦੇ ਨਾਲ ਹੀ ਅਸੀਂ ਮਹਾਰਾਜ ਸਾਹਿਬ ਕਹਿੰਦੇ ਦੇਵਤੇ ਬਣ ਸਕਦੇ ਹਾਂ। ਤੇ ਅਗਾਂਹ ਜਾ ਕਰਕੇ ਮਹਾਰਾਜ ਨੇ ਗੱਲ ਕੀਤੀ ਹੈ ਨਾਥ ਦੀ,
ਤੇ ਨਾਥ ਜਿਹੜੇ ਨੇ ਇਹ ਹੋਰ ਵੀ ਸਰਵੋਤਮ ਮੰਨੇ ਗਏ ਨੇ ਜਿਨ੍ਹਾਂ ਨੇ ਕਹਿੰਦੇ ਰੱਬ ਨੂੰ ਨੱਥ ਪਾ ਲਈ, ਭਾਵ ਰੱਬ ਨੂੰ ਆਪਣੇ ਕੋਲ ਬੰਨ ਲਿਆ, ਰੱਬ ਨੂੰ ਅਪਾ ਲਿਆ, ਰੱਬ ਦੇ ਵਿੱਚ ਅਭੇਦ ਹੋ ਗਏ ਨੇ। ਤੇ ਇਉਂ ਫਿਰ 84 ਸਿੱਧ ਮੰਨੇ ਗਏ ਨੇ, ਜੋਗੀ ਮੰਨੇ ਗਏ ਨੇ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਜੇ ਗੱਲਾਂ ਗੁਰਬਾਣੀ ਨੂੰ ਸੁਣੋਗੇ ਤੇ ਗੁਰਬਾਣੀ ਸੁਣਨ ਦਾ ਹੀ ਤੁਹਾਨੂੰ ਪਹਿਲੀ ਪੰਕਤੀ ਵਿੱਚ ਹੀ ਐਡਾ ਵੱਡਾ ਮਹਾਤਮ ਗੁਰੂ ਸਾਹਿਬ ਨੇ ਦਰਸਾ ਦਿੱਤਾ, ਸੁਣੈ ਸਿੱਧ ਪੀਰ ਸੁਰ ਨਾਥ। ਤੇ ਇਹ ਚਾਰ ਦੁਨੀਆਂ ਦੀਆਂ ਜਿਹੜੀਆਂ ਸਰਵੋਤਮ ਪਦਵੀਆਂ ਨੇ ਇਹ ਸਿਰਫ ਸੁਣਨ ਦੁਆਰਾ ਹੀ ਮਿਲ ਜਾਣਗੀਆਂ। ਸੁਣਿਆ ਧਰਤ ਤਵਲ ਆਸ। ਤੇ ਗੁਰੂ ਸਾਹਿਬ ਮਹਾਰਾਜ ਫੇਰ ਸਮਝਾਉਣ ਲੱਗੇ, ਸੁਣਿਆ ਧਰਤ ਤਵਲ ਆਕਾਸ। ਗੁਰੂ ਸਾਹਿਬ ਕਹਿੰਦੇ ਇਕੱਲਾ ਤੂੰ ਹੀ ਨਹੀਂ ਸੁਣ ਰਿਹਾ, ਇਹ ਧਰਤੀ ਧਵਲ ਪੁਰਾਤਨ ਸਮੇਂ ਤੋਂ ਹੀ ਹਿੰਦੁਸਤਾਨ ਦੇ ਵਿੱਚ ਇਹ ਗੱਲ ਸਖਿਆਤ ਹੈ ਕਿ ਜਿਹੜੀ ਧਰਤੀ ਹੈ ਬਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ। ਇੱਕ ਸਿੰਘ ਦੇ ਉੱਤੇ ਧਰਤੀ ਨੂੰ ਟਿਕਾਇਆ ਹੋਇਆ ਬਲਦ ਨੇ, ਤੇ ਜਦੋਂ ਉਹਦਾ ਇੱਕ ਸਿੰਘ ਥੱਕ ਜਾਂਦਾ ਆ ਤੇ ਉਹ ਦੂਸਰੇ ਸਿੰਘ ਤੇ ਚੁੱਕ ਲੈਂਦਾ ਆ, ਤੇ ਜਦੋਂ ਉਹ ਆਪਣਾ ਸਿੰਘ ਬਦਲਦਾ ਆ ਤੇ ਉਸ ਵੇਲੇ ਧਰਤੀ ਦੇ ਉੱਤੇ ਭੁਚਾਲ ਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦੇ ਕੇ ਦੱਸਿਆ ਸੀ ਕਿ ਧੌਲ ਧਰਮ ਦਇਆ ਦਾ ਪੂਤ, ਵੀ ਧਰਤੀ ਕਿਸੇ ਬਲਦ ਦੇ ਸਿੰਘ ਦੇ ਉੱਤੇ ਨਹੀਂ ਖੜੀ, ਇਹ ਧਰਮ ਦੀ ਮਰਿਆਦਾ ਦੇ ਉੱਤੇ ਖੜੀ ਹੈ। ਜੇ ਧਰਮ ਦੀ ਮਰਿਆਦਾ ਸੁਧ ਰਹੀ ਹੈ ਨਾ ਤੇ ਧਰਤੀ ਖਲੋ ਨਹੀਂ ਸਕਦੀ, ਧਰਤੀ ਕੰਬ ਜਾਵੇਗੀ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੀ ਆਪਾਂ ਕਥਾ ਸੁਣਦੇ ਹਾਂ ਤੇ ਉਸ ਵੇਲੇ ਸੁਣਿਆ ਜਾਂਦਾ ਆ ਕਿ ਧਰਤੀ ਨੇ ਪੁਕਾਰ ਕੀਤੀ ਕਿ ਮੇਰੇ ਉੱਤੇ ਬੜਾ ਅਧਰਮ ਹੋ ਰਿਹਾ ਹੈ। ਤੇ ਜਦੋਂ ਵੀ ਧਰਤੀ ਦੇ ਉੱਤੇ ਅਧਰਮ ਹੁੰਦਾ ਹੈ ਤੇ ਧਰਤੀ ਉਸ ਵੇਲੇ ਕੰਬਦੀ ਹੈ, ਤੇ ਉਸ ਕੰਬਣ ਦੇ ਵਿੱਚੋਂ ਹੀ ਆ ਜਿੰਨੇ ਵੀ ਦੈਂਤ ਨੇ ਇਹ ਪ੍ਰਗਟ ਹੁੰਦੇ ਨੇ। ਤੇ ਜਦੋਂ ਧਰਤੀ ਕੰਬਦੀ ਹੈ ਤੇ ਫਿਰ ਉਹ ਅਕਾਲ ਪੁਰਖ ਦੇ ਕੋਲ ਜਾ ਕਰਕੇ ਪੁਕਾਰ ਕਰਦੀ ਹੈ ਕਿ ਮੈਨੂੰ ਕੋਈ ਇਹੋ ਜਿਹਾ ਦਿਓ ਜਿਹੜਾ ਕਿ ਇਸ ਧਰਮ ਨੂੰ ਠੱਲ ਪਾ ਦੇਵੇ ਤੇ ਮੇਰੀ ਕੰਪਨ ਨੂੰ ਰੋਕ ਦੇਵੇ। ਸੁਣੀ ਅਰਦਾਸ ਦਾਤਾਰ ਪ੍ਰਭ ਗੁਰੂ ਨਾਨਕ ਜਦ ਮਹੇ ਪਠਾਇਆ, ਤੇ ਧਰਤੀ ਦੀ ਪੁਕਾਰ, ਦੇਵਤਿਆਂ ਦੀ ਪੁਕਾਰ, ਸਿੱਧ ਨਾਥ ਪੀਰਾਂ ਦੀ ਪੁਕਾਰ ਸੁਣ ਕੇ ਹੀ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਧਰਤੀ ਦੇ ਉੱਤੇ ਭੇਜਣਾ ਕੀਤਾ। ਤੇ ਗੁਰੂ ਸਾਹਿਬ ਮਹਾਰਾਜ ਨੇ ਆ ਕਰਕੇ ਉਪਦੇਸ਼ ਦਿੱਤਾ ਕਿ ਜਿਹੜੀ ਧਰਤੀ ਹੈ ਇਹ ਧਰਮ ਦੇ ਆਸਰੇ ਖੜੀ ਹੈ, ਜਦੋਂ ਧਰਮ ਦਾ ਨਾਸ ਹੋ ਜਾਵੇਗਾ ਤੇ ਧਰਤੀ ਕੰਬੇਗੀ, ਤੇ ਇਹ ਧਰਤੀ ਨੂੰ ਰੋਕਣ ਵਾਲਾ ਕੌਣ ਹੈ? ਮਹਾਰਾਜ ਕਹਿੰਦੇ ਉਹ ਵੀ ਸੁਣਨ ਦੀ ਮਹੱਤਤਾ ਹੀ ਹੈ, ਜੇ ਆਪਾਂ ਸੁਣਾਂਗੇ ਤੇ ਤਾਂ ਹੀ ਧਰਤੀ ਜਿਹੜੀ ਹੈ ਉਹ ਇੱਕ ਸਾਲ ਖੜੂਤੀ ਹੈ, ਉਹਦਾ ਕੰਬਣਾ ਬੰਦ ਹੋ ਸਕਦਾ ਹੈ। ਧਰਤ ਧਵਲ ਆਕਾਸ਼, ਜੇ ਆਕਾਸ਼ ਖੜਾ ਆ ਤੇ ਇਹ ਵੀ ਸੁਣਨ ਦਾ ਹੀ ਮਹੱਤਵ ਹੈ। ਜਿਵੇਂ ਆਕਾਸ਼ ਦੀ ਵਿਆਪਕਤਾ ਆ, ਇਸੇ ਢੰਗ ਦੇ ਨਾਲ ਜੇ ਆਪਾਂ ਗੁਰਬਾਣੀ ਨੂੰ ਸੁਣਾਂਗੇ ਤੇ ਅਸੀਂ ਆਕਾਸ਼ ਦੇ ਵਾਂਗ ਵਿਆਪਕ ਹੋ ਸਕਦੇ ਹਾਂ, ਧਰਤੀ ਦੇ ਵਾਂਗ ਸਾਡੇ ਵਿੱਚ ਗੁਣ ਪ੍ਰਗਟ ਹੋ ਸਕਦੇ ਨੇ, ਤੇ ਸਾਡੇ ਵਿੱਚ ਧਵਲ ਧਰਮ ਦਾ ਲਿਖਿਆ ਗੁਰੂ ਨਾਨਕ ਸਾਹਿਬ ਨੇ, ਤੇ ਸਾਡੇ ਵਿੱਚ ਧਰਮ ਪੈਦਾ ਹੋ ਜਾਵੇਗਾ ਸਿਰਫ ਤੇ ਸਿਰਫ ਜੇ ਅਸੀਂ ਗੁਰਬਾਣੀ ਨੂੰ ਸੁਣ ਹੀ ਲਈਏ। ਤੇ ਸੁਣਨਾ ਹੀ ਬੜਾ ਔਖਾ ਹੈ, ਤੇ ਸੁਣ ਲਵਾਂਗੇ ਤੇ ਫਿਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਸਾਰੇ ਹੀ ਗੁਣ ਜਿਹੜੇ ਹਨ ਇਹ ਸਾਡੇ ਵਿੱਚ ਪ੍ਰਗਟ ਹੋ ਜਾਣਗੇ। ਸੁਣਿਆ ਦੀਪ ਲੋ ਪਾਤਾਲ। ਤੇ ਗੁਰੂ ਸਾਹਿਬ ਮਹਾਰਾਜ ਇਹ ਸਮਝਾਉਣ ਲੱਗੇ ਕਿ ਪਰਮੇਸ਼ਰ ਦੇ ਨਾਮ ਨੂੰ ਗੁਰੂ ਕਿਹਾ ਸਿੱਖਾ ਇਕੱਲਾ ਤੂੰ ਹੀ ਨਹੀਂ ਸੁਣ ਰਿਹਾ, ਇਸ ਨਾਮ ਨੂੰ ਦੀਪ ਲੋ ਪਾਤਾਲ, ਸੱਤ ਦੀਪ ਮੰਨੇ ਗਏ ਨੇ, 14 ਲੋਕ ਮੰਨੇ ਗਏ ਹਨ, ਤੇ ਸੱਤ ਪਾਤਾਲ ਪੁਰਾਤਨ ਸਮੇਂ ਦੇ ਵਿੱਚ ਕਹੀ ਜਾਂਦੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੇ ਸਮਝਾਉਣਾ ਨਾ ਅੱਗੇ ਜਾ ਕੇ ਕਿ ਪਾਤਾਲਾਂ ਪਾਤਾਲ, ਪਾਤਾਲਾਂ ਇੱਕ ਨਹੀਂ ਲੱਖਾਂ ਹੀ ਨੇ ਇੱਥੇ, ਤੇ ਲੱਖਾਂ ਆਗਾਸ ਨੇ, ਲੱਖਾਂ ਪਾਤਾਲ ਨੇ। ਲੇਕਿਨ ਜੇ ਉਹਨਾਂ ਸਮਿਆਂ ਦੀ ਗੱਲ ਵੀ ਸੁਣੀ ਜਾਵੇ, ਮਹਾਰਾਜ ਕਹਿੰਦੇ ਜਿੰਨੇ ਦੀਪ ਨੇ, ਜਿੰਨੇ ਲੋਹ ਨੇ, ਜਿੰਨੇ ਪਾਤਾਲ ਨੇ,
हर थां दे उते गुरु नानक देव महाराज सच्चे पातशाह आखण लगे अकाल पुरख की जिहड़ी सिफत आ इह सुनी जांदी है जी। पोहे ना सकै काल, काल तुहाडे नेड़े नहीं आ सकता। बुरा समा भैड़ी मत तुहाडे नेड़े नहीं खलो सकदी, तुहानू छू भी नहीं सकदी। हर हर नाम जपंते आ कछ ना कहे जपकार। जेड़ा गुरु का नाम जपन लग जाता है ते गुरु साहब महाराज कहते उस नूं फिर जम कुछ भी नहीं कहते। नानक मन तन सुखी होए अंतै मिले गोपाल। ते गुरु साहब महाराज एडी वड्डी कृपा कर देंदे मन तन दोवें सुखी हो जाते ते परमेश्वर दे विच जा करके अपील हो जाता है। ਇਹ ਸਿਰਫ ਸੁਣਨ ਦੀ ਵਿਆਖਿਆ ਦੱਸ ਰਹੇ ਨੇ। ਜੇ ਆਪਾਂ ਬੈਠ ਕੇ ਗੁਰਬਾਣੀ ਇਕੱਲਾ ਸੁਣੀ ਲਈਏ ਕੋਹੇ ਨਾ ਸਕੈ ਕਾਲ, ਕਾਲ ਸਾਨੂੰ ਨੇੜੇ ਨਹੀਂ ਆ ਸਕੇਗਾ, ਕਾਲ ਸਾਨੂੰ ਛੂ ਵੀ ਨਹੀਂ ਸਕੇਗਾ। ਨਾਨਕ ਭਗਤਾ ਸਦਾ ਵਿਦਾਸ ਸੁਣਿਆ ਦੁੱਖ ਪਾਪ ਕਾ ਨਾਸ। ਹੇ ਸਿੱਧ ਲੋਕੋ, ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਵਾਲੇ ਜਿਹੜੇ ਭਗਤ ਹਨ ਸੁਰਨ ਦੀ ਸ਼ਕਤੀ ਦੇ ਦੁਆਰਾ ਉਹਨਾਂ ਦੇ ਅੰਦਰ ਖੇੜਾ ਅਤੇ ਵਿਗਾਸ ਪੈਦਾ ਹੁੰਦਾ ਹੈ। ਉਹਨਾਂ ਦੇ ਅੰਦਰ ਇੱਕ ਪਰਮੇਸ਼ਰ ਦੇ ਨਾਮ ਦੀ ਸਿਫਤ ਨੇ ਅਜਿਹਾ ਚਾਨਣ ਕਰ ਦਿੱਤਾ ਆ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸੁਣਿਆ ਦੁੱਖ ਪਾਪ ਕਾ ਨਾਸ। ਉਹਨਾਂ ਦੀ ਜ਼ਿੰਦਗੀ ਦੇ ਸਾਰੇ ਦੁੱਖ ਪਾਪ ਭੱਜ ਜਾਣਗੇ। ਜੇ ਆਪਾਂ ਚਾਹੁੰਦੇ ਹਾਂ ਕਿ ਅਸੀਂ ਸਦੀਵ ਸੁੱਖਾਂ ਦੀ ਪ੍ਰਾਪਤੀ ਕਰ ਲਈਏ, ਸਦਾ ਸਦਾ ਲਈ ਦੁੱਖ ਸਾਡੇ ਕੋਲੋਂ ਚਲੇ ਜਾਣ, ਭੱਜ ਜਾਣ, ਤੇ ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਦੀ ਬਾਣੀ ਨੂੰ ਸੁਣਨਾ ਸ਼ੁਰੂ ਕਰੀਏ। ਜਿਹੜੀ ਆਪਾਂ ਸਤਿਗੁਰੂ ਜੀ ਦੀ ਬਾਣੀ ਪੜ੍ਹਨੀ ਵੀ ਹੈ ਨਾ, ਉਹ ਵੀ ਸੁਣ ਕੇ ਪੜ੍ਹਨੀ ਹੈ। ਤੇ ਇਹ ਹੁਣ ਜ਼ਰੂਰੀ ਨਹੀਂ ਕਿ ਕੰਨਾਂ ਦੇ ਰਾਹੀਂ ਸੁਣਨਾ। ਇੱਥੇ ਗੁਰੂ ਸਾਹਿਬ ਨੇ ਜਿਹੜੀ ਗੱਲ ਸੁਣਨ ਤੇ ਪੜ੍ਹਨ ਦੀ ਦੱਸੀ ਹੈ ਉਸ ਵਿੱਚ ਇਹ ਲਿਖਿਆ ਹੈ ਕਿ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ। ਇਹ ਕੰਨਾਂ ਦੇ ਰਾਹੀਂ ਗੱਲ ਸੁਣਨ ਦੀ ਨਹੀਂ ਹੈ, ਗੱਲ ਤੇ ਅੰਤਰੀਵ ਆ ਵੀ ਸਾਡੇ ਮਨ ਨੇ ਕਿਹੜੀ ਗੱਲ ਸੁਣੀ ਹੈ। ਕੱਲ ਵੀ ਆਪਾਂ ਉਹ ਗੱਲ ਦਾ ਜ਼ਿਕਰ ਕੀਤਾ ਸੀ ਨਾ ਕਿ ਧਿਆਨ ਦੇ ਕੇ ਸੁਣਨਾ ਲਾਜ਼ਮੀ ਹੁੰਦਾ। ਕਈ ਵਾਰ ਆਪਾਂ ਸਰਸਰੀ ਕਿਸੇ ਦੀ ਗੱਲ ਸੁਣੀ, ਉਹ ਬੰਦਾ ਸਾਨੂੰ ਪੁੱਛੇ ਵੀ ਅੱਗੇ ਤੋਂ ਜਵਾਬ ਦਿਓ, ਆਪਾਂ ਜਵਾਬ ਨਹੀਂ ਦਿੰਦੇ। ਉਹ ਕਹਿੰਦਾ ਵੀ ਤੂੰ ਮੇਰੀ ਗੱਲ ਸੁਣੀ ਕਿ ਨਹੀਂ? ਉਹ ਕਹਿੰਦਾ ਸੁਣੀ ਤੇ ਹੈ ਪਰ ਮੈਂ ਧਿਆਨ ਨਹੀਂ ਸੀ ਦਿੱਤਾ। ਇਹ ਕਰਕੇ ਦੁਬਾਰਾ ਦੱਸ ਦਿਓ ਮੈਨੂੰ। ਤੇ ਜੇ ਧਿਆਨ ਨਹੀਂ ਹੈ ਨਾ ਸਾਡਾ ਉੱਥੇ, ਤੇ ਗੱਲ ਸੁਣੀ ਵੀ ਅਣਸੁਣੀ ਹੋ ਜਾਂਦੀ ਹੈ। ਤੇ ਇਹ ਜਦੋਂ ਤੱਕ ਧਿਆਨ ਨਹੀਂ ਜੁੜਦਾ ਸਾਡਾ ਸੁਣਨ ਵਿੱਚ, ਭਾਵੇਂ ਹੁਣ ਆਪਾਂ ਕਥਾ ਵੀ ਸੁਣ ਰਹੇ ਹਾਂ, ਜੇ ਧਿਆਨ ਸਾਡਾ ਇਕਾਗਰ ਨਹੀਂ ਹੈ ਤੇ ਗੱਲ ਸੁਣੀ ਵੀ ਅਣਸੁਣੀ ਹੋ ਜਾਣੀ, ਇੱਧਰ ਉੱਧਰ ਗਈ ਹੋ ਜਾਣੀ ਹੈ। ਜਿਸ ਵੇਲੇ ਆਪਾਂ ਗੁਰਬਾਣੀ ਪੜ੍ਹਨੀ ਹੈ ਮਨ ਨੂੰ ਇਕਾਗਰ ਰੱਖਣਾ ਹੈ। ਜੇ ਮਨ ਇਕਾਗਰ ਰਹੇਗਾ ਤੇ ਸੁਣੀ ਗੱਲ ਫਿਰ ਸਾਡੇ ਧਿਆਨ ਵਿੱਚ ਆਵੇਗੀ, ਸਾਡੇ ਜਿਹਨ ਵਿੱਚ ਵਸੇਗੀ, ਫਿਰ ਸਮਝ ਲੱਗ ਜਾਏਗੀ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਸਮਝਾ ਰਹੇ ਨੇ। ਤੇ ਫਿਰ ਅਗਾਂਹ ਜਾ ਕਰਕੇ ਹੁਣ ਦੁਬਾਰਾ ਫਿਰ ਗੁਰੂ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ, ਸੁਣਨ ਦੀ ਵਿਆਖਿਆ ਦੁਬਾਰਾ ਨੌਵੀਂ ਪੌੜੀ ਵਿੱਚ ਕਰਕੇ ਸਮਝਾ ਰਹੇ ਹਨ। ਸੁਣਿਆ ਈਸ਼ਰ ਪਰਮਾ ਇੰਦ। ਇਹ ਸਿੱਧ ਲੋਕੋ, ਉਸ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨ ਦੇ ਕਰਕੇ ਹੀ ਸ਼ਿਵਜੀ, ਬ੍ਰਹਮਾ, ਇੰਦਰ ਜਿੰਨੇ ਨੇ ਇਹਨਾਂ ਨੂੰ ਇਹ ਪਦਵੀ ਮਿਲੀ ਹੈ। ਜੇ ਉਹਨਾਂ ਨੇ ਨਾਮ ਸੁਣਿਆ ਸੀ ਤੇ ਤਾਂ ਹੀ ਇਹ ਫਿਰ ਇਹਨਾਂ ਪਦਵੀਆਂ ਦੇ ਉੱਤੇ ਸਥਾਪਿਤ ਹੋ ਗਏ ਹਨ। ਈਸ਼ਰ, ਬ੍ਰਹਮਾ, ਇੰਦਰ ਜਿੰਨੇ ਵੀ ਹਨ। ਸੁਣਿਆ ਮੁਖ ਸਾਰਾ ਹਨਮੰਦ। ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨੂੰ ਸੁਣਨ ਦੇ ਨਾਲ ਹੀ ਜਿਹੜੇ ਮਨੁੱਖ ਨੇ ਮੁਖ ਸਾਲਾਹਣ ਮੰਦ, ਉਹ ਅਕਲਮੰਦ ਹੋ ਸਕਦੇ। ਜਿਹੜਾ ਬੰਦਾ ਕਿਸੇ ਦੀ ਗੱਲ ਸੁਣਦਾ ਨਹੀਂ ਨਾ, ਉਹ ਜ਼ਿੰਦਗੀ ਦੇ ਵਿੱਚ ਕੋਈ ਅਕਲ ਨਹੀਂ ਗ੍ਰਹਿਣ ਕਰ ਸਕਦਾ। ਜੇ ਆਪਾਂ ਜ਼ਿੰਦਗੀ ਦੇ ਵਿੱਚ ਅਕਲਮੰਦ ਹੋਣਾ ਹੈ, ਦਾਨਿਸ਼ਮੰਦ ਹੋਣਾ ਹੈ, ਸਿਆਣੇ ਮਨੁੱਖ ਬਣਨਾ ਹੈ,
ਤੇ ਉਸ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਆਪਾਂ ਪਹਿਲਾਂ ਸੁਣਨ ਦਾ ਅਭਿਆਸ ਕਰੀਏ। ਵਾਹਿਗੁਰੂ ਜਦੋਂ ਤੱਕ ਸਾਡੇ ਅੰਦਰ ਨਹੀਂ ਸੁਣਾਈ ਦੇਵੇਗਾ, ਉਹਨਾਂ ਚਿਰ ਤੱਕ ਇਹ ਅਵਸਥਾ ਨਹੀਂ ਪ੍ਰਾਪਤ ਹੋਣੀ। ਜਿਸ ਵੇਲੇ ਆਪਾਂ ਵਾਹਿਗੁਰੂ ਜਪਦੇ ਹਾਂ ਤੇ ਇਹੋ ਫਿਰ ਮਹਾਂਪੁਰਖ ਦੱਸਦੇ ਹਨ ਕਿ ਵਾਹਿਗੁਰੂ ਜਪ ਕੇ ਫਿਰ ਕੁਝ ਸਮੇਂ ਲਈ ਚੁੱਪ ਕਰੋ। ਜੇ 10 ਮਿੰਟ ਆਪਾਂ ਵਾਹਿਗੁਰੂ ਜਪਿਆ ਨਾ, ਤੇ 2 ਮਿੰਟ ਚੁੱਪ ਕਰਕੇ ਉਸ ਨੂੰ ਸੁਣਨ ਦਾ ਯਤਨ ਕਰੋ। ਜੇ ਸਾਡਾ ਕਿਹਾ ਹੋਇਆ ਸਾਨੂੰ ਦੁਬਾਰਾ ਸੁਣਾਈ ਦੇ ਗਿਆ ਤੇ ਸਮਝ ਲਓ ਕਿ ਹਿਰਦੇ ਦੇ ਵਿੱਚ ਪ੍ਰਕਾਸ਼ ਹੋਣਾ ਆਰੰਭ ਹੋ ਗਿਆ, ਕੂੜ ਦੀ ਕੰਧ ਢਹਿਣੀ ਸ਼ੁਰੂ ਹੋ ਗਈ ਹੈ, ਕਿਉਂਕਿ ਪਰਲੇ ਪਾਸੇ ਤੋਂ ਸਾਨੂੰ ਜਿਹੜੀ ਹੈ ਨਾਮ ਦੀ ਤਰੰਗ ਵਾਪਸ ਆਉਣ ਲੱਗੀ। ਜਦੋਂ ਨਾਮ ਦੀਆਂ ਤਰੰਗਾਂ ਵਾਪਸ ਆਉਣਗੀਆਂ ਤੇ ਫਿਰ ਸਾਰੇ ਸੰਸਾਰ ਦਾ ਕਿਹਾ ਹੋਇਆ ਸਾਨੂੰ ਸੁਣਾਈ ਦੇਣਾ ਹੈ। ਮਨੁੱਖ ਇੰਨਾ ਨਿਰਮਲ ਹੋ ਜਾਂਦਾ ਹੈ ਕਿ ਉਸ ਨੂੰ ਫਿਰ ਨਾਮ ਤੋਂ ਬਿਨਾਂ ਕੁਝ ਵੀ ਸੁਣਾਈ ਨਹੀਂ ਦਿੰਦਾ। ਹਰ ਹੱਟ ਪੀ ਤੂੰ ਤੂੰ ਕਰੇ, ਖੂਹ ਗੇੜ ਦੇ ਬਲਦ ਵੀ ਉਹਨਾਂ ਹੱਟਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਵਾਹਿਗੁਰੂ ਦੀ ਸੁਣਾਈ ਦਿੰਦੀ ਹੈ। ਜਿਉਂ ਬੋਲਤ ਹੈ ਮ੍ਰਿਗ ਮੀਮ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋਰ। ਮ੍ਰਿਗ ਮੀਨ ਪੰਖੇਰੂ ਪੰਛੀ, ਇਹਨਾਂ ਦੀਆਂ ਵੀ ਆਵਾਜ਼ਾਂ ਜਿਹੜੀਆਂ ਨੇ ਨਾ, ਕੋਇਲ ਕੂਕਣ ਦੀ ਆਵਾਜ਼, ਪੰਛੀਆਂ ਦੀ ਚਹਿਚਹਾਉਣ ਦੀ ਆਵਾਜ਼, ਇਹ ਵੀ ਵਾਹਿਗੁਰੂ ਸੁਣਦੀ ਹੈ। ਜਿਹੜੇ ਸਾਡੇ ਵਰਗੇ ਤਰਕਸ਼ੀਲ ਲੋਕ ਨੇ, ਜੇ ਕੋਈ ਉੱਚੀ ਵਾਹਿਗੁਰੂ ਕਵੇ ਤੇ ਉਹ ਕਹਿੰਦੇ ਵੀ ਸਾਨੂੰ ਇਉਂ ਲੱਗਦਾ ਹੈ ਵੀ ਜਿਵੇਂ ਕੋਈ ਜਾਨਵਰ ਬੋਲਦਾ ਹੋਵੇ। ਉਹ ਕਈ ਵਾਰ ਖੰਡ ਕੀਰਤਨੀ ਜਥੇ ਵਾਲੇ ਸਿੰਘ ਨਾ, ਜਦੋਂ ਵਾਹਿਗੁਰੂ ਤੇਜ ਲੈਜ ਪੜ੍ਹਦੇ, ਕਈਆਂ ਨੇ ਉਹਨਾਂ ਦੇ ਉਹ ਪਾ ਪਾ ਕੇ ਉਹਨਾਂ ਦੀਆਂ ਵੀਡੀਓ ਪਿੱਛੇ ਇੱਕ ਥੱਲੇ ਕਮੈਂਟ ਲਿਖੇ ਹੁੰਦੇ ਵੀ ਆਹ ਵੇਖੋ ਜੀ, ਇਹ ਤੇ ਇਉਂ ਲੱਗਦਾ ਆ ਵੀ ਜਿਵੇਂ ਕੋਈ ਜਾਨਵਰ ਕੁੱਤਾ ਹੀ ਭੌਂਕਦਾ ਹੋਵੇ, ਇੱਥੋਂ ਤੱਕ ਲਿਖ ਦਿੰਦੇ। ਗੱਲ ਅਵਸਥਾ ਤੇ ਖੜੀ ਹੈ ਨਾ, ਜਿਹਦੀ ਅਵਸਥਾ ਉੱਚੀ ਆ ਉਹਦੇ ਕੁੱਤੇ ਭੌਂਕਣ ਵਿੱਚੋਂ ਵੀ ਵਾਹਿਗੁਰੂ ਸੁਣਾਈ ਦਿੰਦਾ ਹੈ। ਜਿਹੜਾ ਕੱਲਾ ਕੰਨਾਂ ਦੇ ਉੱਤੇ ਹੀ ਜੀਵਤ ਆ, ਜਿਹੜਾ ਸਿਰਫ ਤਰਕ ਦੇ ਉੱਤੇ ਹੀ ਜ਼ਿੰਦਗੀ ਜਿਉਣ ਵਾਲਾ ਆ, ਉਹਨੂੰ ਵਾਹਿਗੁਰੂ ਬੋਲ ਦੇ ਵਿੱਚੋਂ ਵੀ ਜਾਨਵਰਾਂ ਦੀ ਆਵਾਜ਼ਾਂ ਸੁਣ ਰਹੀ। ਗੁਰੂ ਸਿੰਘ ਸਾਹਿਬ ਨੇ ਤੇ ਕਿਹਾ ਵੀ ਇਹਨਾਂ ਪੰਛੀਆਂ ਦੇ ਵਿੱਚੋਂ, ਜਾਨਵਰਾਂ ਦੇ ਵਿੱਚੋਂ ਵੀ ਆਵਾਜ਼ ਸਾਨੂੰ ਵਾਹਿਗੁਰੂ ਦੀ ਆ ਰਹੀ ਹੈ, ਲੇਕਿਨ ਸਾਡਾ ਹਾਲ ਕੀ ਹੈ ਕਿ ਸਾਨੂੰ ਵਾਹਿਗੁਰੂ ਸ਼ਬਦ ਵੀ ਸੁਣਾਈ ਨਹੀਂ ਦੇ ਰਿਹਾ। ਕਾਰਨ ਕੀ ਹੈ? ਕਿਉਂਕਿ ਅਜੇ ਪਹਿਲੀ ਪੌੜੀ ਨਹੀਂ ਅਪੜੇ ਅਸੀਂ। ਪਹਿਲੀ ਪੌੜੀ ਕਿਹੜੀ ਹੈ? ਸਚਿਆਰ ਵਾਲੀ, ਕਿਵ ਸਚਿਆਰਾ ਹੋਈ ਹੈ। ਜੇ ਸਚਿਆਰ ਹੋ ਗਏ, ਕੂੜ ਦੀ ਕੰਧ ਟੁੱਟ ਗਈ ਤੇ ਫਿਰ ਆ ਸੁਣਨ ਦੀਆਂ ਅਵਸਥਾਵਾਂ ਜਿਹੜੀਆਂ ਨੇ ਸੁਣਿਆ। ਮੁੱਖ ਸਲਾਹਣ ਮੰਦ, ਸਭ ਤੋਂ ਪਹਿਲਾਂ ਸਾਡਾ ਮੁੱਖ ਉਜਲਾ ਹੋਣਾ ਹੈ। ਉਹਦੀ ਸਲੋਤਾ ਕਰਕੇ ਸਾਡੀ ਗਿਣਤੀ ਜਿਹੜੀ ਹੈ ਮੁਖੀਆਂ ਦੇ ਵਿੱਚ ਹੋਵੇਗੀ ਤੇ ਮੰਦ ਭਾਵ ਅਕਲਮੰਦ ਹੋ ਜਾਵਾਂਗੇ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਨ ਦੇ ਦੁਆਰਾ ਜੋਗ ਦੀਆਂ ਜੁਗਤੀਆਂ ਮਿਲ ਜਾਣਗੀਆਂ, ਸੁਣਨ ਦੇ ਦੁਆਰਾ ਤਨ ਦੇ ਭੇਦ ਪਤਾ ਲੱਗ ਜਾਣਗੇ। ਗੁਰਬਾਣੀ ਦੇ ਵਿੱਚ ਮਹਾਰਾਜ ਨੇ, ਭਗਤ ਸਾਹਿਬਾਨਾਂ ਨੇ ਸ਼ਬਦ ਲਿਖਿਆ ਹੈ ਕਿ ਸਾਡੇ ਸਰੀਰ ਦੇ ਵਿੱਚ ਕਿੰਨੀਆਂ ਨਾੜੀਆਂ ਨੇ। ਹੁਣ ਅੱਜ ਕੱਲ੍ਹ ਦੇ ਐਕਸਰੇ ਹੈ, MRI ਸਕੈਨ ਕਿੰਨੇ ਤਰ੍ਹਾਂ ਦੇ ਨੇ, ਉਹਨਾਂ ਦੇ ਰਾਹੀਂ ਸਰੀਰ ਦੇ ਅੰਦਰਲੇ ਭੇਦ ਪਤਾ ਲੱਗਦੇ ਹਨ। ਪਰ ਜਿੰਨੇ ਗੁਰੂ ਨਾਨਕ ਸਾਹਿਬ ਨੇ ਭੇਦ ਲਿਖੇ ਹੋਏ ਨੇ, ਦੱਸੇ ਹੋਏ ਨੇ, ਉਸ ਵੇਲੇ ਤੇ ਇਹੋ ਜਿਹਾ ਕੋਈ ਸਕੈਨ ਨਹੀਂ ਸੀ, ਇਹੋ ਜਿਹਾ ਕੋਈ ਐਕਸਰੇ ਮਸ਼ੀਨ ਨਹੀਂ ਸੀ, ਤੇ ਉਹਨਾਂ ਨੇ ਇਹ ਭੇਦ ਕਿਵੇਂ ਪਤਾ ਕੀਤੇ? ਤੇ ਇਹਨਾਂ ਨੇ ਭੇਦ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਇਹ ਜਿਹੜੀਆਂ ਸੂਖਮ ਨਾੜੀਆਂ ਨੇ, ਇੜਾ ਪਿੰਗਲਾ ਔਰ ਸੁਖਮਨਾ, ਇਹ ਗੁਰੂ ਸਾਹਿਬ ਨੇ ਲਿਖਿਆ ਵੀ ਆਹ 3 ਨਾੜੀਆਂ ਇੱਥੋਂ ਨਿਕਲਦੀਆਂ ਨੇ, ਇਸ ਥਾਂ ਤੋਂ ਅੱਗੇ ਇਉਂ ਚੱਲਦੀਆਂ ਨੇ। ਤੇ ਹੁਣ ਡਾਕਟਰਾਂ ਨੇ ਵੇਖ ਲਈਆਂ, ਸੱਚਮੁੱਚ ਇਹ ਨਾੜੀਆਂ ਉੱਥੇ ਹੈ ਨੇ ਜਿੱਥੇ ਗੁਰੂ ਸਾਹਿਬ ਨੇ ਦੱਸੀਆਂ ਸੀ। ਇਹ ਕਿਵੇਂ ਪਤਾ ਲੱਗੀਆਂ? ਸੁਣਿਆ ਜੋਗ ਜੁਗਤ ਤਨ ਭੇਦ, ਤਨ ਦੇ ਭੇਦ ਵੀ ਬਿਮਾਰੀ ਕਿੱਥੋਂ ਲੁਕੀ ਹੈ, ਬਿਮਾਰੀ ਪੈਦਾ ਹੋਣ ਦਾ ਕਾਰਨ ਕੀ ਹੈ ਤੇ ਇਹਦਾ ਉਪਚਾਰ ਕੀ ਹੈ ਜੀ, ਦਵਾਈ ਕੀ ਹੈ,
ਧਨ ਦਾ ਭੇਦ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਵੀ ਇਹ ਜਿਹੜੀਆਂ ਭੇਦ ਨੇ ਇਹ ਸਾਨੂੰ ਗੁਰਬਾਣੀ ਦੇ ਰਾਹੀਂ ਸੁਣਨ ਦੇ ਰਾਹੀਂ ਹੀ ਪਤਾ ਲੱਗ ਜਾਂਦੇ ਨੇ। 72,72,10,201 ਨਾੜੀਆਂ ਮਹਾਰਾਜ ਨੇ ਲਿਖੀਆਂ ਨੇ ਵੀ ਇੰਨੀਆਂ ਨਾੜੀਆਂ ਸਾਡੇ ਸਰੀਰ ਵਿੱਚ ਨੇ। ਤੇ ਅੱਜ ਤੱਕ ਜਿਹੜੀ ਡਾਕਟਰਾਂ ਦੀ ਪੜ੍ਹਾਈ ਹੈ ਨਾ ਉਹ ਇੰਨੀਆਂ ਨਾੜੀਆਂ ਨੂੰ ਗਿਣ ਨਹੀਂ ਸਕੀ। ਕੁਝ ਕਦੇ ਆਪਾਂ ਨੂੰ ਬੰਦੇ ਦਾ ਪ੍ਰੋਬਲਮ ਆ, ਕੋਈ ਦੁੱਖ ਤਕਲੀਫ ਆ, ਉਹ ਕਹਿੰਦੇ 10-10 ਸਕੈਨ ਕਰਾ ਲੈਂਦਾ, ਕਹਿੰਦਾ ਵੀ ਬਿਮਾਰੀ ਬੜੀ ਗੰਭੀਰ ਹੈ ਤੇਰੀ, ਇਹਨਾਂ ਸਕੈਨਾਂ ਵਿੱਚ ਆ ਨਹੀਂ ਗਈ, ਆਹ ਕਰਾ ਲਾ ਉਹ ਕਰਾ ਲਾ। ਤੇ ਗੁਰੂ ਸਾਹਿਬ ਮਹਾਰਾਜ ਨੇ ਇੰਨੀਆਂ ਬਰੀਕ ਬਰੀਕ ਨਾੜੀਆਂ ਵੀ ਗਿਣ ਕੇ ਦੱਸ ਦਿੱਤੀਆਂ, ਕਿਉਂਕਿ ਮਨ ਇਕਾਗਰ ਆ। ਜਦੋਂ ਮਨ ਇਕਾਗਰ ਹੋ ਜਾਂਦਾ ਹੈ ਤੇ ਫਿਰ ਉਹ ਸ਼ਬਦ ਦੇ ਰਾਹੀਂ ਸਤਿਗੁਰ ਕਹਿੰਦੇ ਤਨ ਦੇ ਭੇਦ ਸਾਰੇ ਪਤਾ ਲੱਗ ਜਾਂਦੇ ਹਨ। ਸੁਣਿਆ ਸਾਸਤ ਸਿਮਰਤ ਵੇਦ, ਸੁਣਨ ਦੇ ਨਾਲ ਹੀ ਸ਼ਾਸਤਰਾਂ ਸਿਮਰਤੀਆਂ ਅਤੇ ਵੇਦਾਂ ਦਾ ਗਿਆਨ ਹੋ ਜਾਂਦਾ ਹੈ। 6 ਸ਼ਾਸਤਰ, 27 ਸਿਮਰਤੀਆਂ ਤੇ 4 ਵੇਦ ਮੰਨੇ ਗਏ ਨੇ। ਜੇ ਕੋਈ ਵਾਹਿਗੁਰੂ ਦੇ ਨਾਮ ਨੂੰ ਇਕੱਲਾ ਸੁਣੇ ਤੇ ਇਹਨਾਂ ਸ਼ਾਸਤਰ ਸਿਮਰਤੀਆਂ ਅਤੇ ਵੇਦਾਂ ਦਾ ਗਿਆਤਾ ਬਣ ਸਕਦਾ, ਉਹਨਾਂ ਦਾ ਵਖਿਆਨ ਕਰਤਾ ਬਣ ਸਕਦਾ ਹੈ। ਜੇ ਕੋਈ ਵਾਹਿਗੁਰੂ ਦੇ ਨਾਮ ਨੂੰ ਸੁਣੇ, ਨਾਨਕ ਭਗਤਾਂ ਸਦਾ ਵੇਗਾਸ, ਸੁਣਿਆ ਦੁਖ ਪਾਪ ਕਾ ਨਾਸ। ਫਿਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਤੁਹਾਨੂੰ ਮੈਂ ਫਿਰ ਸਮਝਾ ਰਿਹਾ, ਦੱਸ ਰਿਹਾ, ਮੇਰੀ ਗੱਲ ਨੂੰ ਪੱਕਾ ਬਣ ਲਓ ਕਿ ਭਗਤਾਂ ਸਦਾ ਵਿਗਾਸ, ਜਿਹੜੇ ਵਾਹਿਗੁਰੂ ਦੇ ਨਾਮ ਦੇ ਜਪਣ ਵਾਲੇ, ਉਹਦੇ ਨਾਮ ਨੂੰ ਸੁਣਨ ਵਾਲੇ ਭਗਤ ਹਨ, ਉਹ ਸਦੀਵ ਸਦੀਵ ਕਾਲ ਦੇ ਲਈ ਵਿਗਾਸ ਵਿੱਚ ਰਹਿੰਦੇ ਨੇ। ਵਿਗਾਸ ਦਾ ਭਾਵ ਹੈ ਖੇੜਾ, ਵਿਗਾਸ ਦਾ ਭਾਵ ਹੈ ਆਨੰਦ, ਵਿਗਾਸ ਦਾ ਭਾਵ ਹੈ ਸਦੀਵਲੀ ਖਿੜੇ ਰਹਿਣਾ। ਖੇੜੇ ਵਿੱਚੋਂ ਜਿਵੇਂ ਬਸੰਤ ਰੁੱਤ ਚੱਲ ਰਹੀ ਹੈ ਨਾ, ਤੁਸੀਂ ਸ਼ਬਦ ਸੁਣਦੇ ਹੋ ਰਾਗੀ ਸਿੰਘਾਂ ਕੋਲੋਂ ਕਿ ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼, ਰਾਜਾ ਰਾਮ ਮੌਲਿਆ, ਸ਼ਿਵਜੀ ਮੌਲਿਆ, ਸਾਰਾ ਹੀ ਲਿਖਿਆ। ਮਹਾਰਾਜ ਕਹਿੰਦੇ ਸਾਰਾ ਕੁਝ ਮੌਲ ਜਾਂਦਾ, ਭਾਵ ਮੌਲਣ ਦਾ ਅਰਥ ਵੀ ਖੇੜਾ ਹੀ ਹੈ ਕਿ ਹਰ ਚੀਜ਼ ਵਿੱਚ ਖੇੜਾ ਆ ਗਿਆ। ਜੇ ਉਹ ਜਿਹਾ ਅਸੀਂ ਸੋਚਦੇ ਹਾਂ ਉਹ ਜਿਹਾ ਸਾਨੂੰ ਨਜ਼ਰੀ ਆਉਂਦਾ ਆ। ਜੇ ਸਾਨੂੰ ਲੱਗਦਾ ਹੈ ਵੀ ਮੈਂ ਦੁਖੀ ਹਾਂ ਤੇ ਸਾਨੂੰ ਇਹ ਲੱਗਣਾ ਵੀ ਉਹ ਵੀ ਦੁਖੀ ਹੈ, ਇਹ ਵੀ ਦੁਖੀ ਆ, ਸਾਰੇ ਪਾਸੇ ਸਾਨੂੰ ਦੁਨੀਆ ਦੁਖੀ ਨਜ਼ਰੀ ਆਉਣੀ ਆ। ਜੇ ਸਾਡੇ ਮਨ ਦੇ ਵਿੱਚ ਖੇੜਾ ਆ ਤੇ ਸਾਨੂੰ ਸਾਰੇ ਪਾਸੇ ਖੇੜਾ ਹੀ ਖੇੜਾ ਨਜ਼ਰੀ ਆਉਣਾ, ਧਰਤੀ ਆਕਾਸ਼ ਪਤਾਲ ਖਿੜੇ ਹੋਏ ਨਜ਼ਰ ਆਉਣਗੇ। ਤੇ ਇਹ ਜਿਹੜਾ ਖਿੜਾ ਹੈ, ਜਿਹੜਾ ਖੇੜਾ ਹੈ, ਇਹ ਭਗਤਾਂ ਦੇ ਮਨ ਦੇ ਵਿੱਚ ਹੈ। ਤੇ ਭਗਤ ਕਿਵੇਂ ਬਣੀਦਾ ਆ? ਸੁਣਨ ਦੇ ਨਾਲ। ਤੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਸਮਝਾ ਰਹੇ, ਦੱਸ ਰਹੇ ਕਿ ਸੁਣਿਆ ਦੁਖ ਪਾਪ ਕਾ ਨਾਸੂ। ਜੇ ਆਪਾਂ ਸਤਿਗੁਰੂ ਜੀ ਦੀ ਬਾਣੀ ਨੂੰ ਸੁਣਾਂਗੇ ਤੇ ਸਾਡੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਵੇਗਾ ਜੀ। ਸੁਣਿਆ ਸਤ ਸੰਤੋਖ ਗਿਆਨ, ਸਾਡੇ ਜੀਵਨ ਵਿੱਚ ਸਤ ਸੰਤੋਖ ਅਤੇ ਗਿਆਨ ਇਹ 3 ਦੈਵੀ ਗੁਣ ਮੰਨੇ ਗਏ ਨੇ। ਸਤ ਕਹਿੰਦੇ ਨੇ ਸੱਚ ਨੂੰ, ਸੰਤੋਖ ਕਹਿੰਦੇ ਨੇ ਜੇ ਸਾਡੇ ਜੀਵਨ ਵਿੱਚ ਸੰਤੁਸ਼ਟੀ ਆ ਜਾਵੇ, ਜੇ ਸਾਡੇ ਜੀਵਨ ਦੇ ਵਿੱਚ ਨੱਠਾਂ ਭੱਜਾਂ ਭੱਜ ਦੌੜ ਇਹ ਵੀ ਕਰ ਲਵਾਂ ਉਹ ਵੀ ਕਰ ਲਵਾਂ ਤੇ ਇੱਥੋਂ ਥੋੜਾ ਜਿਹਾ ਮਨੁੱਖ ਖੜ ਜਾਵੇ, ਰੁਕ ਜਾਵੇ। ਜ਼ਿੰਦਗੀ 'ਚ ਆਪਾਂ ਰੁਕਦੇ ਨਹੀਂ ਕਦੀ ਵੀ, ਮਨ ਭੱਜਿਆ ਹੋਇਆ ਦੌੜਿਆ ਹੈ, ਆਹ ਵੀ ਕਰ ਲਵਾਂ ਇੱਧਰੋਂ ਵੀ ਕਰ ਲਵਾਂ, ਇੱਧਰੋਂ ਪੈਸੇ ਕਮਾ ਲਵਾਂ ਉੱਧਰੋਂ ਪੈਸੇ ਕਮਾ ਲਵਾਂ। ਜਿੰਨਾ ਚਿਰ ਤੱਕ ਅੰਦਰ ਸੰਤੋਖ ਨਹੀਂ ਆਉਂਦਾ, ਭਾਵੇਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਵੀ ਕਿਉਂ ਨਾ ਬਣ ਜਾਵੇ, ਉਹਦੀ ਭੱਜ ਦੌੜ ਮੁੱਕ ਨਹੀਂ ਸਕਦੀ। ਤੇ ਜਿਹੜੇ ਗੁਰੂ ਦੇ ਨਾਮ ਨੂੰ ਜਪਣ ਵਾਲੇ ਨੇ, ਭਗਤ ਜਨ ਨੇ, ਉਹ ਟੁੱਟੀ ਹੋਈ ਝੌਂਪੜੀ ਦੇ ਵਿੱਚ ਵੀ ਸੰਤੋਖੀ ਜੀਵਨ ਬਤੀਤ ਕਰ ਲੈਂਦੇ ਨੇ। ਆਪਾਂ ਕੱਲ ਪਰਸੋਂ ਵੀ ਜ਼ਿਕਰ ਕੀਤਾ ਸੀ ਕਿ ਮਾਇਆ ਨਾਲ ਸੁਵਿਧਾਵਾਂ ਮਿਲਦੀਆਂ ਨੇ, ਸੁੱਖ ਨਹੀਂ ਮਿਲਦਾ। ਸੁੱਖ ਸੰਤੋਖ ਵਿੱਚੋਂ ਪੈਦਾ ਹੋਣਾ ਹੈ। ਸੁਵਿਧਾ ਜਿੰਨੀ ਮਰਜ਼ੀ ਲੈ ਲਵੇ ਬੰਦਾ, ਜਿਹਦੇ ਕੋਲ 10 ਲੱਖ ਦੀ ਗੱਡੀ ਹੈ ਉਹ 20 ਲੱਖ ਵਾਲੀ ਵੱਲ ਵੇਖੀ ਜਾਂਦਾ ਆ, 20 ਵਾਲਾ 50 ਵਾਲੀ ਵੱਲ ਵੇਖੀ ਜਾਂਦਾ।
ਜਿਹਦੇ ਕੋਲ ਸਬਰ ਅਤੇ ਸੰਤੋਖ ਆ ਗਿਆ ਉਹਦੇ ਕੋਲ ਭਾਵੇਂ ਟੁੱਟਿਆ ਹੋਇਆ ਸਾਈਕਲ ਹੀ ਕਿਉਂ ਨਾ ਹੋਵੇ, ਉਹਦੇ ਵਿੱਚ ਹੀ ਸਬਰ ਕਰ ਲੈਂਦਾ ਵੀ ਜ਼ਿੰਦਗੀ ਬੜੀ ਖੇੜੇ ਵਿੱਚ ਆ, ਖੁਸ਼ੀ ਵਿੱਚ ਆ, ਸਾਰਾ ਕੁਝ ਦੇ ਦਿੱਤਾ ਮਹਾਰਾਜ। ਤੇ ਗੁਰਬਾਣੀ ਦਾ ਕਥਾ ਕੀਰਤਨ ਜਦੋਂ ਸੁਣਾਂਗੇ ਤੇ ਸੰਤੁਸ਼ਟੀ ਵਾਲਾ ਜੀਵਨ ਮਿਲੇਗਾ। ਭੁੱਖਾਂ ਸਭ ਗਵਾਈਆਂ, ਸਾਰੀਆਂ ਭੁੱਖਾਂ ਲਹਿ ਜਾਣਗੀਆਂ ਜਦੋਂ ਜੀਵਨ ਹੀ ਸੰਤੁਖੀ ਹੋ ਗਿਆ, ਸੰਤੁਸ਼ਟੀ ਹੋ ਗਏ ਹਾਂ। ਤੇ ਨਾਲ ਨਾਲ ਮਹਾਰਾਜ ਕਹਿੰਦੇ ਸਤ ਸੰਤੋਖ ਗਿਆਨ ਬ੍ਰਹਮ ਗਿਆਨ ਦੀ ਦਾਤ ਵੀ ਮਿਲ ਜਾਵੇਗੀ। ਪਰਮੇਸ਼ਰ ਵਾਹਿਗੁਰੂ ਜੀ ਦੇ ਘਰ ਦੀ ਸਭ ਤੋਂ ਉੱਚੀ ਦਾਤ, ਸਭ ਤੋਂ ਉੱਚੀ ਅਵਸਥਾ ਕਿਹੜੀ ਹੈ? ਬ੍ਰਹਮ ਗਿਆਨ ਦੀ। ਤੇ ਉਹ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ। ਸੁਣਿਆ ਅੱਠ ਛੱਡ ਕਾ ਇਸ ਨਾਲ ਤੁਹਾਨੂੰ 68 ਤੀਰਥਾਂ ਦੇ ਜਾ ਕੇ ਯਾਤਰਾ ਕਰਨ ਦੀ, ਉਹਨਾਂ ਦੇ ਇਸ਼ਨਾਨ ਕਰਨ ਦੀ ਵੀ ਲੋੜ ਨਹੀਂ ਪਵੇਗੀ। ਜੇ ਆਪਾਂ ਗੁਰੂ ਦੀ ਬਾਣੀ ਨੂੰ ਸੁਣਾਂਗੇ, ਕਥਾ ਤੇ ਕੀਰਤਨ ਸੁਣਾਂਗੇ, ਅਤੇ ਤੁਹਾਨੂੰ ਫੇਰ ਘਰ ਬੈਠਿਆਂ ਹੀ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਵੇਗਾ। ਸੁਣਿਆ ਪੜ ਪੜ ਪਾਵੇ ਮਾਨ, ਜਿਵੇਂ ਜਿਵੇਂ ਤੁਸੀਂ ਸਤਿਗੁਰੂ ਜੀ ਦੇ ਨਾਮ ਨੂੰ ਸੁਣੋਗੇ, ਉਹਨਾਂ ਦੇ ਨਾਮ ਨੂੰ ਪੜੋਗੇ, ਤੇ ਤੁਹਾਡਾ ਸੰਸਾਰ ਦੇ ਵਿੱਚ ਮਾਣ ਸਤਿਕਾਰ ਕਾਇਮ ਹੋ ਜਾਵੇਗਾ। ਕੱਲਾ ਸੰਸਾਰ ਹੀ ਨਹੀਂ, ਦੋਵਾਂ ਲੋਕਾਂ ਦੇ ਵਿੱਚ ਲੋਕ ਅਤੇ ਪ੍ਰਲੋਕ ਸੁਹੇਲਾ ਹੋ ਜਾਵੇਗਾ। ਸੁਣਿਆ ਲਾਗੈ ਸਹਿਜ ਧਿਆਨ, ਸੁਣਨ ਦੇ ਨਾਲ ਹੀ ਸਹਿਜ ਪਦ, ਆਤਮ ਪਦ, ਨਿਜ ਪਦ ਸਰੂਪ ਦੇ ਵਿੱਚ ਧਿਆਨ ਜੁੜ ਜਾਂਦਾ ਹੈ। ਧਿਆਨ ਜੋੜਨ ਦੇ ਲਈ ਬੜਾ ਕੁਝ ਦੱਸਿਆ ਜਾਂਦਾ ਹੈ ਨਾ, ਵੀ ਆਹ ਮੂਰਤ ਦਾ ਧਿਆਨ ਧਰੋ, ਇਸ ਚੀਜ਼ ਦਾ ਧਿਆਨ ਧਰੋ, ਕਿਸੇ ਸਰੂਪ ਦਾ ਧਿਆਨ ਧਰੋ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸੌਖਾ ਜਿਹਾ ਤਰੀਕਾ ਆ ਕਿ ਗੁਰੂ ਦਾ ਕਥਾ ਤੇ ਕੀਰਤਨ ਸੁਣ, ਗੁਰਬਾਣੀ ਪਾਠ ਸੁਣ। ਸੁਣਨ ਦੇ ਨਾਲ ਲਾਗੈ ਸਹਿਜ ਧਿਆਨ, ਸਹਿਜ ਨਾਲ ਹੀ ਧਿਆਨ ਜੁੜ ਜਾਵੇਗਾ, ਸ਼ਾਂਤੀ ਪ੍ਰਾਪਤ ਹੋ ਜਾਵੇਗੀ, ਸਬਰ ਸੰਤੋਖ ਪਸਰ ਜਾਵੇਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਤੇ ਸਾਡੇ ਪਾਤਸ਼ਾਹ ਮਹਾਰਾਜ ਫਿਰ ਸਮਝਾਉਂਦੇ ਕਿ ਸਿੱਧ ਲੋਕੋ, ਜਿਹੜੇ ਬਾਣੀ ਨੂੰ ਸੁਣਨ ਵਾਲੇ ਨੇ ਸਦੀਵ ਸਦੀਵ ਕਾਲ ਦੇ ਵਿਗਾਸ ਵਿੱਚ ਖੇੜੇ ਵਿੱਚ ਰਹਿੰਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਸਾਰੇ ਦੁੱਖ ਪਾਪ ਨਾਸ ਹੋ ਜਾਂਦੇ ਨੇ। ਭਗਤਾਂ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਭਗਤ ਧਰੂਵ ਦੀ ਗੱਲ ਸੁਣਦੇ ਹਾਂ, ਭਗਤ ਪ੍ਰਹਿਲਾਦ ਦੀ ਗੱਲ ਸੁਣੀਦੀ ਹੈ। ਭਗਤ ਧਰੂਵ, ਭਗਤ ਪ੍ਰਹਿਲਾਦ, ਇਹਨਾਂ ਦੇ ਜੀਵਨ ਨੂੰ ਪੜ੍ਹ ਕੇ ਵੇਖੋ। ਭਗਤ ਪ੍ਰਹਿਲਾਦ ਦੇ ਘਰ ਦੇ ਵਿੱਚ ਪਿਤਾ ਹੀ ਨਹੀਂ ਜਪਤ ਚਾਹੁੰਦਾ ਕਿ ਮੇਰਾ ਪੁੱਤਰ ਨਾਮ ਜਪੇ। ਪਿਤਾ ਹੀ ਭਗਤ ਪ੍ਰਹਿਲਾਦ ਦਾ ਦੁਸ਼ਮਣ ਬਣਿਆ ਬੈਠਾ ਹੈ, ਉਹ ਜਗ੍ਹਾ ਜਗ੍ਹਾ ਤੇ ਉਹਨੂੰ ਦੁੱਖ ਦਿੰਦਾ ਆ, ਕਦੇ ਅੱਗ ਦੇ ਵਿੱਚ ਸਾੜਨ ਦਾ ਯਤਨ ਕਰਦਾ ਹੈ, ਕਦੇ ਪਹਾੜ ਤੋਂ ਹੇਠਾਂ ਗੀਰ ਦਿੰਦਾ ਆ, ਕਦੇ ਉਸ ਨੂੰ ਕਹਿੰਦਾ ਵੀ ਥੰਮ ਦੇ ਵਿੱਚੋਂ ਪਰਮੇਸ਼ਰ ਨੂੰ ਕੱਢ ਕੇ ਵਿਖਾ। ਤੇ ਨਾਮ ਜਪਣ ਵਾਲਾ ਇੰਨੇ ਵਿਗਾਸ ਵਿੱਚ ਹੁੰਦਾ, ਇੰਨੇ ਖੇੜੇ ਵਿੱਚ ਹੁੰਦਾ ਕਿ ਉਹਦੇ ਜੀਵਨ ਵਿੱਚ ਕੁਝ ਵੀ ਕਰ ਲਵੋ, ਬੜਾ ਕੁਝ। ਜਦੋਂ ਪਹਾੜ ਤੋਂ ਜਿਹਨੂੰ ਗੇਰ ਦਿੱਤਾ, ਜਿਹਨੂੰ ਅੱਗ ਦੇ ਵਿੱਚ ਸਾੜਨ ਦਾ ਯਤਨ ਕੀਤਾ, ਲੇਕਿਨ ਫੇਰ ਵੀ ਨਾਮ ਕਿੰਨਾ ਉਹਨਾਂ ਨੂੰ ਪਿਆਰਾ ਲੱਗ ਰਿਹਾ ਆ ਕਿ ਅਜੇ ਵੀ ਨਾਮ ਨੂੰ ਛੱਡਣ ਦੇ ਲਈ ਰਾਜ਼ੀ ਨੇ। ਭਾਵੇਂ ਜ਼ਮੀਰ ਜ਼ਮੀਜਣ, ਭਾਵੇਂ ਕਿ ਸਰੀਰ ਨੂੰ ਖਤਮ ਕਰਨ ਦੇ ਸਾਰੇ ਯਤਨ ਕੀਤੇ ਗਏ ਨੇ। ਭਗਤ ਨਾਮਦੇਵ ਜੀ ਨੂੰ ਹੱਥ ਪੈਰ ਬੰਨ ਕੇ ਹਾਥੀ ਦੇ ਸਾਹਮਣੇ ਗੇਰ ਦਿੱਤਾ ਗਿਆ। ਭਗਤ ਕਬੀਰ ਸਾਹਿਬ ਦੇ ਹੱਥ ਪੈਰ ਬੰਨ ਕੇ ਗੰਗਾ ਦੇ ਵਿੱਚ ਡੁੱਬਣ ਦੇ ਲਈ ਛੱਡ ਦਿੱਤਾ ਗਿਆ। ਜੋ ਸ਼ਬਦ ਵੀ ਸੁਣਦੇ ਹੋ ਨਾ ਕਿ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਭਗਤ ਕਬੀਰ ਸਾਹਿਬ ਕਹਿੰਦੇ ਵੀ ਗੰਗਾ ਦੀਆਂ ਲਹਿਰਾਂ ਨੇ ਮੇਰੀਆਂ ਜੰਜੀਰਾਂ ਤੋੜ ਕਰਕੇ ਮੈਨੂੰ ਜਿਵੇਂ ਫੁੱਲ ਤਰਦਾ ਹੁੰਦਾ ਤੇ ਐਵੇਂ ਤਾਰ ਦਿੱਤਾ। ਇਹ ਸਾਰੀਆਂ ਭਗਤਾਂ ਦੀਆਂ ਵਿਗਾਸ ਦੀਆਂ ਖੇੜੇ ਦੀਆਂ ਗੱਲਾਂ ਨੇ, ਉਹਨਾਂ ਦੇ ਜੀਵਨ ਦੇ ਵਿੱਚ ਖੇੜਾ ਕਿੰਨਾ ਹੈ। ਸੁਣਿਆ ਸਰਾ ਗੁਨਾ ਕੇ ਗਾਹ, ਤੇ ਹੁਣ ਜਿਹੜੀ 11ਵੀਂ ਪੌੜੀ ਹੈ ਤੇ ਇਸ ਦੇ ਵਿੱਚ ਸੁਣਨ ਦੀ ਆਖਰੀ ਪੌੜੀ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੁਣਿਆ ਸਰਾ ਗੁਣਾ ਕੇ ਗਾਹ।
कि जे तुसी गुरबाणी नूं सुणोगे वाहिगुरू दे नाम नूं सुणोगे ते सुणदे सार ही तुहाडे अंदर गुणां दा समुंदर प्रगट हो जाएगा। तुहाडे अंदर गुणा दे वड्डे वड्डे असगाह सरोवर जड़े ने ओ प्रगट हो जाएंगे। गुरु दे शब्द दी विचार प्रगट हो जाएगी, तुहाडे अंदर परमेश्वर दे नाम दी खिच पैदा हो जाएगी, तुसी तुरिया पद परम पद की प्राप्ति कर सकोगे। सिर्फ ते सिर्फ सुनने की गल है, जिहड़ा गुरु की बाणी नूं सुनेगा, सुनिया है सरा गुणा के गा, गुणा दे खजाने प्राप्त हो जाएंगे। सुनिया है सेक पीर पातशाह, सेक कहिंदे ने अरब देशां दे विच जिहड़ा उहनां दा वड्डा सरदार होवे, उहनां दा मुखी होवे, उहनूं सेक कहिंदे ने। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਤੁਹਾਨੂੰ ਉੱਚੀਆਂ ਪਦਵੀਆਂ ਸ਼ੇਖ ਦੀ, ਪੀਰ ਦੀ, ਪਾਤਸ਼ਾਹ ਦੀ ਪ੍ਰਾਪਤ ਹੋ ਜਾਵੇਗੀ। ਤਖਤ ਦੇ ਮਾਲਕ ਨੂੰ ਪਾਤਸ਼ਾਹ ਕਹਿੰਦੇ ਨੇ। ਜਿਹੜਾ ਕੋਈ ਵੱਡਾ ਪੈਗੰਬਰ ਹੋ ਜਾਵੇ ਉਹਨੂੰ ਪੀਰ ਕਹਿੰਦੇ ਨੇ, ਜਿਹੜਾ ਕੋਈ ਵੱਡਾ ਸਰਦਾਰ ਹੋਵੇ ਉਸ ਨੂੰ ਸ਼ੇਖ ਕਹਿੰਦੇ ਹਨ। ਮਹਾਰਾਜ ਕਹਿੰਦੇ ਤੁਸੀਂ ਜੇ ਬਾਣੀ ਇਕੱਲੀ ਸੁਣੋਗੇ ਗੁਰੂ ਕੇ ਸਿੱਖੋ, ਤੁਸੀਂ ਸ਼ੇਖ ਵੀ ਹੋ ਜਾਵੋਗੇ, ਤੁਸੀਂ ਪੀਰ ਵੀ ਬਣ ਜਾਵੋਗੇ, ਅਤੇ ਤੁਸੀਂ ਵੱਡੇ ਤਖਤ ਦੇ ਰਾਜੇ ਪਾਤਸ਼ਾਹ ਬਣ ਜਾਵੋਗੇ। ਸੁਣਿਆ ਅੰਦੇ ਪਾਵੇ ਰਾਮੋ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੁਨੀਆਂ ਦੇ ਵਿੱਚ ਬੜਾ ਹਨੇਰਾ ਹੈ, ਦੁਨੀਆਂ ਦੇ ਵਿੱਚ ਧਰਮ ਦਾ ਰਸਤਾ ਸੁਖੈਰ ਨਜ਼ਰੀ ਨਹੀਂ ਆਉਂਦਾ। ਜੇ ਆਪਾਂ ਗੁਰੂ ਦੇ ਸ਼ਬਦ ਨੂੰ ਸੁਣਾਂਗੇ, ਪਰਮੇਸ਼ਰ ਦੇ ਸ਼ਬਦ ਦੇ ਵਿਚਾਰ ਨੂੰ ਸੁਣਾਂਗੇ, ਤੇ ਅੰਨਿਆਂ ਨੂੰ ਵੀ ਰਾਹ ਮਿਲ ਜਾਂਦੇ ਨੇ। ਦੁਨੀਆਂ ਦੇ ਵਿੱਚ ਜਿਹੜਾ ਹਨੇਰਾ ਆ, ਉਸ ਹਨੇਰੇ ਦੇ ਵਿੱਚੋਂ ਸਾਨੂੰ ਨਾਮ ਦਾ ਚਾਨਣ ਨਜ਼ਰੀ ਆ ਜਾਵੇਗਾ। ਪਰਮਾਰਥ ਦੇ ਘਰ ਦੇ ਵਿੱਚ ਸੁਣਨ ਨੂੰ ਮਹਾਰਾਜ ਨੇ ਐਡਾ ਵੱਡਾ ਦੱਸਿਆ ਆ ਕਿ ਅਗਿਆਨਤਾ ਦਾ ਹਨੇਰਾ ਜੀਵਨ ਵਿੱਚੋਂ ਦੂਰ ਹੋ ਜਾਵੇਗਾ, ਜੀਵਨ ਦੇ ਵਿੱਚ ਗਿਆਨ ਦਾ ਚਾਨਣ ਆ ਜਾਵੇਗਾ, ਹਿਰਦੇ ਦਾ ਪ੍ਰਕਾਸ਼ ਹੋ ਜਾਵੇਗਾ। ਸੁਣਿਆ ਹਾਥ ਹੋਵੇ ਅਸਗਾਹ। ਜੇ ਸਤਿਗੁਰ ਕਹਿੰਦੇ ਤੇਰੇ ਜੀਵਨ ਦੇ ਵਿੱਚ ਕੋਈ ਬਹੁਤ ਵੱਡੀ ਸਮੁੰਦਰ ਵਰਗੀ ਔਕੜ ਆ ਜਾਵੇ, ਤੇ ਜੇ ਆਪਣੇ ਕੋਲ ਗੁਰਬਾਣੀ ਦੇ ਸ਼ਬਦ ਨੂੰ ਸੁਣਨ ਦੀ ਸਮਰੱਥਾ ਹੈ ਨਾ, ਤੇ ਉਹ ਸਮੁੰਦਰ ਵੀ ਸਾਡੇ ਸਾਹਮਣੇ ਹੱਥ ਜਿੱਡਾ ਰਹਿ ਜਾਏਗਾ। ਅਸਗਾਹ ਬਹੁਤ ਵੱਡਾ, ਬੇਅੰਤ, ਅਪਰਮ ਅਪਾਰ, ਲੇਕਿਨ ਉਹ ਵੀ ਹੱਥ ਜਿੰਨਾ ਰਹਿ ਗਿਆ, ਜਿਹਨੂੰ ਅਸੀਂ ਆਰਾਮ ਨਾਲ ਇੱਕ ਸਟੈਪ ਦੇ ਨਾਲ ਹੀ ਪਾਰ ਕਰ ਸਕਦੇ ਹਾਂ, ਜੇ ਆਪਾਂ ਇਕੱਲਾ ਸੁਣਨ ਦੇ ਵੱਲ ਹੀ ਧਿਆਨ ਦੇ ਦਈਏ। ਨਾਨਕ ਭਗਤਾਂ ਸਦਾ ਵਿਕਾਸ, ਸੁਣਿਐ ਦੁਖ ਪਾਪ ਕਾ ਨਾਸ। ਹੇ ਸਿੱਧ ਲੋਕੋ, ਭਗਤੀ ਕਰਨ ਵਾਲੇ ਸਦਾ ਹੀ ਖੇੜੇ ਵਿੱਚ ਰਹਿੰਦੇ ਨੇ, ਅਤੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਹਨ ਉਹਨਾਂ ਦੇ ਦੁੱਖਾਂ, ਪਾਪਾਂ, ਗੁਨਾਹਾਂ ਦਾ ਖਾਤਮਾ ਹੋ ਜਾਂਦਾ ਹੈ, ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਸਦੀਵ ਸਦੀਵ ਕਾਲ ਲਈ ਸੁੱਖ ਪ੍ਰਗਟ ਹੋ ਜਾਂਦੇ ਹਨ। ਇੱਥੇ ਆ ਕੇ ਮਹਾਰਾਜਿਆਂ ਨੇ ਇਹ ਸੁਣਨ ਦੀਆਂ ਚਾਰ ਪੌੜੀਆਂ ਸਾਨੂੰ ਸਮਝਾਈਆਂ ਨੇ, ਦੱਸੀਆਂ ਹਨ। ਤੇ ਸਤਿਗੁਰੂ ਜੀ ਨੇ ਇਹ ਸਾਨੂੰ ਸੱਚੇ ਨਾਮ ਦੀ ਜਿਹੜੀ ਉਸਤਤ ਸੁਣਾਈ ਹੈ, ਆਖਣ ਔਖਾ ਸੱਚਾ ਨਾਮ। ਭਾਵੇਂ ਸੁਣਨ ਦੀ ਮਹਾਰਾਜ ਨੇ ਬਹੁਤ ਵੱਡੀ ਵਿਆਖਿਆ ਦੱਸੀ ਹੈ, ਪਰ ਇਹ ਸੱਚੇ ਨਾਮ ਨੂੰ ਸੁਣਨਾ ਜੇ ਕਹੀਏ ਸੌਖਾ ਹੈ, ਸੌਖਾ ਨਹੀਂ ਹੈ, ਬਹੁਤ ਔਖਾ ਹੈ ਇਹਦੇ ਨਾਮ ਨੂੰ ਸੁਣਨਾ। ਜਿਹੜੀ ਆਪਾਂ ਗੱਲ ਪਹਿਲਾਂ ਜ਼ਿਕਰ ਕੀਤਾ ਸੀ, ਔਖਾ ਕਿਉਂ ਹੈ? ਕਿਉਂਕਿ ਕੰਨਾਂ ਰਾਹੀਂ ਸੁਣਨਾ ਤੇ ਬਹੁਤ ਸੌਖਾ ਹੈ ਗੱਲ ਹੈ। ਇਹ ਸੁਣਨਾ ਕਿਵੇਂ ਹੈ? ਬਿਨ ਕੰਨਾਂ ਸੁਣਨਾ, ਬਿਨਾਂ ਕੰਨਾਂ ਤੋਂ ਸੁਣਨਾ ਹੈ। ਇੱਥੇ ਇਸ ਨੂੰ ਸੁਰਤ ਦੇ ਕੰਨਾਂ ਦੇ ਰਾਹੀਂ ਹੀ ਸੁਣਨਾ ਆ, ਸੁਰਤ ਦੀ ਇਕਾਗਰਤਾ ਦੇ ਵਿੱਚੋਂ ਸੁਣਨਾ ਆ। ਤੇ ਇਕਾਗਰਤਾ ਦੇ ਬਾਬਤ ਕੱਲ ਆਪਾਂ ਪ੍ਰਸੰਗ ਇੱਕ ਸੁਣਿਆ ਸੀ ਕਿ ਇੱਕ ਚਿੱਤ ਇੱਕ ਛਿਨ, ਜੇ ਕਿਸੇ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆ ਲਿਆ ਨਾ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਚਿੱਤ ਜਾਂ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜੇ ਇੱਕ
पल लई भी साडा मन एकागर हो गया, साडे सुरत दे करण जिहड़े ने श्रवण जिहड़े ने खुल गए ते जिंदगी ते फिर महाराज साहब एड्डी वड्डी उपकार वाली तो मजावे कि महाराज द्वारा जमण मरण नहीं नहीं होना, जमण मरण की खेड दे विचों निकल जावांगे। हुण है कार्ज सौखा पर औखा भी बहुत वड्डा है, जिन्हां दे उत्ते गुरु कृपा कर दे उन्हां लई सौखा आ, जे कोई अपने जोर नाल करना चाहे उहदे लई बहुत औखा। सतगुरु महाराज अगे अपां अरदास करनी है, गुरु साहिब पातशाह जिहड़ा तुसीं सानूं इह गुरबाणी दी व्याख्या समझाई है दसी है, इहनूं आपां हिरदे विच धारण करिए, इस नूं हिरदे दे विच वसाईए कि जे को खावै जे को भुंजै तिसका होए दारु। हुण आपां इह शब्द दी विचार नूं सुणदे लिया, पर इहनूं भुंचना भी है, भुंचना भाव इहनूं अंदर पचाउणा भी है, जे इहनूं खाधा पीता पचदा ना होवे ਉਹ ਸਾਰਾ ਕੁਝ ਬਾਹਰ ਹੀ ਕੱਢ ਦਿੰਦਾ, ਉਹਦੇ ਅੰਦਰ ਤੱਤ ਨਹੀਂ ਬਣਦਾ, ਉਹਨੇ ਲਹੂ ਨਹੀਂ ਬਣਾਉਣਾ, ਅੰਦਰ ਵਿੱਜ ਨਹੀਂ ਬਣਾਉਣਾ। ਆਪਾਂ ਇਹ ਗੁਰੂ ਦੀ ਵਿਚਾਰ ਨੂੰ ਸੁਣਨਾ ਵੀ ਹੈ, ਗੁਰੂ ਦੀ ਵਿਚਾਰ ਨੂੰ ਮੰਨਣਾ ਵੀ ਹੈ ਅਤੇ ਇਸ ਨੂੰ ਪਚਾਉਣਾ ਵੀ ਹੈ। ਇਹ ਪਚੇਗੀ ਕਿਵੇਂ? ਜਦੋਂ ਸ਼ਬਦ ਦਾ ਆਸਰਾ ਲਵਾਂਗੇ। ਆਰੰਭਕ ਦਿਨਾਂ ਵਿੱਚ ਵੀ ਆਪਾਂ ਬੇਨਤੀ ਕੀਤੀ ਸੀ ਕਿ ਜਿੰਨੇ ਚਿਰ ਆਪਾਂ ਜਪਜੀ ਸਾਹਿਬ ਦੀ ਕਥਾ ਸੁਣ ਰਹੇ ਹਾਂ, ਨਿਤਨੇਮ ਤੋਂ ਇਲਾਵਾ ਇੱਕ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਆਪਾਂ ਵੱਧ ਕਰੀਏ ਤੇ ਗੁਰੂ ਕੋਲ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰਕੇ ਇਹ ਸ਼ਬਦ ਦੀ ਜਿਹੜੀ ਵਿਆਖਿਆ ਹੈ ਇਹ ਸਾਡੇ ਹਿਰਦੇ ਦੇ ਵਿੱਚ ਸਮਾ ਜਾਏ, ਸਾਨੂੰ ਪਤਾ ਲੱਗ ਜਾਵੇ। ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ, ਕਿਉਂਕਿ ਇੱਥੇ ਤੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਇੱਥੇ ਪੜ੍ਹਨ ਦੀ ਗੱਲ ਨਹੀਂ, ਇੱਥੇ ਅਨਪੜ੍ਹ ਵੀ ਜਿਹੜੇ ਨੇ ਗੁਰੂ ਦੇ ਘਰ ਤੇ ਪ੍ਰਵਾਨ ਚੜ ਜਾਂਦੇ ਹਨ ਤੇ ਸਤਿਗੁਰ ਰਹਿਮਤ ਬਖਸ਼ਿਸ਼ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।